ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚਕਰ ਚਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਹੇ ਅਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਕਹਿ ਜੈ कोट इंद्र इन्द्रान साहैसाहान गणजै त्रिवर्ण महीपसुर नर असुर लेतनेत बन तृण कहत प्र सर्व नाम कथय कवन कर्म नाम बरनत सोमत ਪਤਿ ਤੁਰ ਮਾਲਨੀ ਪਤੀ ਪਤੀ ਜੀਓ ਜਿਸ ਪਹਨ ਕੋ ਪਾਤੀ ਤੋਰੈ ਸੋ ਪਹਨ ਨਿਰਜੀਓ ਬੋਲੇ ਮਾਲਨੀ ਹੈ ਏਉ ਸਤ ਗੁਰ ਜਾਗਤਾ ਹੈ ਦੇਵ ब्रह्मपति बिशन डारी फूल शंकर दियो दे तेन देव परतक तोरे करह किस की से पखाण गढ़ कै मूर्त कीनी दे कै छाती पाओ ਜੇ ਹੋ ਮੂਰਤ ਸਾਚੀ ਹੈ ਤੋ ਗੜਨ ਹਰਿ ਖਾਓ ਪਾਤ ਪਹਤ ਅਰ ਲਾਪਸੀ ਕਰ ਕਰ ਅਕਸਾਰ ਭੋਗਨ ਹਰਿ ਭੋਗਿਆ ਇਸ ਮੂਰਤ ਕੈ ਮੁਖ ਛਾਰ ਮਾਲਨ ਭੋਲੇ ਜਗ ਭੁਲਾਨਾ ਹਮ ਭੁਲਾਨੇ ਨਾਹੇ ਕਹ ਕਬੀਰ ਹਮ ਰਾਮ ਰਖੇ ਕਿਰਪਾ ਕਰ ਹਰਿ ਰਾਏ ਹਮ ਆਪ ਬਗਵਾਨ ਭਰੇ ਏਕ ਗੁਣ ਨਾਹੀ ਅਮਰਤ ਛਾਡ ਬਖੈ ਬਿਖ ਖਾਈ ਮਾਇਆ ਮੋਹ ਪਰਮ ਪਰ ਭੁੱਲੇ ਸਤਦਾਰ ਸਿਉ ਪ੍ਰੇਤ ਲਗਾਈ ਇਕਤਮ ਅਪੰਥ ਸੁਣ ਔਂਗਰ ਸੰਗਤ ਤੇ ਮੈਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਖੀਰਤ ਕੀ ਗੁਰ ਰਾਮਦਾਸ ਰਖੋ ਸਰਣਾ ਸੁਖ ਹੋ ਟਲ ਗੁਰ ਸੇਬੀਅ ਅਹਨਸ ਸਹਜ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਚਾਇ ਹੋ ਬਸ ਫਤਖ ਸੰਮ ਦੇ ਨੂਰ ਅਰਸਹੁ ਕਰ ਸਹੁ ਤੋਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੇਸਾ ਹੋਤ ਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਮਹਲਾ ਪੰਜਵ ਹਰ ਨਾਮ ਨਾ ਸਿਮਰਹਿ ਸਾਧ ਸੰਗ ਤੈ ਤਨ ਉੱਡੈ ਖੀ ਜਿਨ ਕੀਤੀ ਤਿਸੈ ਨਾ ਜਾਣੀ ਨਾਨਕ ਫਿਟ ਅਲੂਣੀ ਦੇ ਹਰ ਨਾਮ ਨਾ ਸਿਮਰਹਿ ਸਾਧ ਸੰਗ ਤੈ ਤਨ ਉੱਡਹਿ ਖੇਹ ਜਿਨ ਕੀਤੀ ਤਿਸੈ ਨਾ ਜਾਣੀ ਨਾਨਕ ਫਿਟ ਅਲੋਣੀ ਦੇਹ ਮਹੱਲਾ ਪੰਨਵਾ ਘਟ ਵਸਹਾ ਚਰਾਰ ਬਿੰਦ ਰਸਨਾ ਜਪੈ ਬੁਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਪਾਉੜੀ ਆਪੇ 68 ਤੀਰਥ ਕਰਤਾ ਆਪ ਕਰੇ ਇਸਨਾਣ ਆਪੇ ਸੰਜਮ ਵਰਤਾ ਸੁਆਮੀ ਆਪ ਜਪਾਹੇ ਨਾਮ ਆਪ ਦਇਆਲ ਹੋਈ ਭਉ ਖੰਡਣ ਆਪ ਕਰੇ ਸਬਦਾਨ ਜਿਸ ਨਾ ਗੁਰਮੁਖ ਆਪ ਬੁਝਾਈ ਸੋ ਸਦ ਹੀ ਦਰਗਹ ਪਾਏ ਮਾਣ ਜਿਸ ਦੀ ਪਾਜ ਰੱਖਾ ਹਰ ਸੁਆਮੀ ਸੋ ਸੱਚਾ ਹਰ ਜਾਣ ਜਿਸ ਨਾ ਗੁਰਮੁਖ ਆਪ ਬੁਝਾਏ ਸੋ ਸਦ ਹੀ ਦਰਗਹ ਪਾਈ ਮਾਣ ਜਿਸ ਦੀ ਪੰਜ ਰੱਖਾ ਹਰ ਸੁਆਮੀ ਸੋ ਸੱਚਾ ਹਰ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਦ ਗੁਰੂ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾ ਚ ਇਕੱਤਰ ਹੋਏ ਜੁੜ ਬੈਠੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਥ ਸੰਗਤ ਜੀਓ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਪਰਮ ਚੋਟਾਂ ਖਾਵੈ ਉਰ ਬਲੇ ਜਨਮਾ ਦੇ ਕੀਤੇ ਚੰਗੇ ਕਰਮ ਜਾਗੇ ਹਨ ਜਿਸ ਦਾ ਫਲ ਸਬਰੋਪ ਸਤਿਗੁਰੂ ਨੋਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਜੁੜ ਬੈਠੇ ਹਾਂ ਹਾਜ਼ਰੀਆਂ ਭਰ ਰਹੇ ਹਨ ਅਸਾ ਜੀ ਦੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਆਦਰ ਸਤਕਾਰ ਤੇ ਸਰਦਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ ਗੁਰਬਾਣੀ ਦੇ ਕੀਰਤਨ ਤੋਂ ਪਰੰਤ ਗੁਰਬਾਣੀ ਦੀ ਕਥਾ ਦੀ ਮਰਜ਼ਾਦਾ ਗੁਰੂ ਕਾਲ ਤੋਂ ਹੀ ਗੁਰੂ ਘਰ ਚ ਚੱਲਦੀ ਆ ਰਹੀ ਹੈ ਕਿਉਂਕਿ ਕੀਰਤਨ ਦੁਆਰਾ ਜਦੋਂ ਇਹ ਮਨ ਬਿਰਤੀਆਂ ਇਕਾਗਰ ਹੋ ਜਾਂਦੀਆਂ ਹਨ ਇਹ ਇਕਾਗਰਤਾ ਨਾਲ ਫਿਰ ਗੁਰ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਤੱਕ ਸੁਰਤ ਦੀ ਇਕਾਗਰਤਾ ਨਹੀਂ ਹੋਵੇਗੀ ਸ਼ਬਦ ਦੀ ਵਿਚਾਰ ਹਿਰਦੇ ਚ ਨਹੀਂ ਬਸੇਗੀ ਜਾਂ ਇਉਂ ਕਹਿ ਸਕਦੇ ਹਾਂ ਵੀ ਜਿਵੇਂ ਕਿਸੇ ਲੋਹਾਰ ਨੇ ਲੋਹੇ ਨੂੰ ਕੜਨ ਵਾਸਤੇ ਕਿਸੇ ਪੱਠੀ ਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਤਪਾਇਆ ਜਦੋਂ ਲੋਹਾ ਪੂਰਨ ਤੌਰ ਤੇ ਤਾਤ ਆ ਜਾਂਦਾ ਹੈ ਫਿਰ ਉਹਦੇ ਤੇ ਹਥੋੜਾ ਮਾਰ ਕੇ ਆਪਣੀ ਮਰਜ਼ੀ ਮੁਤਾਬਕ ਉਹਨੂੰ ਘੜ ਲੈਂਦਾ ਬਣਾ ਲੈਂਦਾ ਗੁਰਬਾਣੀ ਦੇ ਕੀਰਤਨ ਦੁਆਰਾ ਜਦੋਂ ਇਹ ਮਨ ਤਾਤ ਆ ਜਾਂਦਾ ਹੈ ਤੇ ਫਿਰ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਦੇ ਹਥੋੜੇ ਨਾਲ ਇਸ ਮਨ ਨੂੰ ਇਸ ਸੁਰਤ ਨੂੰ ਇਸ ਬੁੱਧ ਨੂੰ ਘੜਿਆ ਜਾਂਦਾ ਹੈ ਮੇਰੇ ਬਣਦੀ ਹੈ ਘੜੀਏ ਸ਼ਬਦ ਸੱਚੀ ਟਕਸਾਲ ਤੋਂ ਗੁਰੂ ਸਾਹਿਬ ਦੀ ਦਇਆ ਮਇਆ ਸਦਕਾ ਗੁਰੂ ਚਰਨਾਂ 'ਚ ਜੁੜ ਬੈਠੇ ਹਾਂ ਗੁਰਬਾਣੀ ਦੇ ਵਿਚਾਰ ਕਰਨ ਲਈ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਸ਼ਲੋਕ ਪੰਚਮ ਪਾਤਸ਼ਾਹ ਦੇ ਹਨ ਪੌੜੀ ਜਗਤਗੁਰੂ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੀ ਉਚਾਰਣ ਕੀਤੀ ਹੋਈ ਹੈ ਬਿਹਾਗੜੇ ਦੀ ਵਾਰ ਹੈ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦਿਆਂ ਸੰਭੂ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪੰਜਵਾਂ ਹਰ ਨਾਮ ਨਾ ਸਿਮਰਹਿ ਸਾਧ ਸੰਗ ਤ ਤਨ ਉੱਡੈ ਖੀ ਸਲੋਕ 5ਵੇਂ ਪਾਤਸ਼ਾਹ ਧੰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ ਹਰ ਨਾਮ ਨਾ ਸਿਮਰਹਿ ਸਾਧ ਸੰਗ ਭਜਵੇਂ ਪਾਤਸ਼ਾਹ ਫਰਮਾਉਂਦੇ ਕਿ ਸਾਧ ਸੰਗਤ ਵਿੱਚ ਆ ਕੇ ਜਿਹੜੇ ਹਰੀ ਦਾ ਨਾਮ ਨਹੀਂ ਸਿਮਰਦੇ ਸੰਗਤ ਨਹੀਂ ਕਰਦੇ ਹਰੀ ਦਾ ਭਜਨ ਨਹੀਂ ਕਰਦੇ ਪਰਮੇਸ਼ਰ ਦਾ ਚਿੰਤਨ ਨਹੀਂ ਕਰਦੇ ਉਹਨਾਂ ਨੂੰ ਸੰਬੋਧਨ ਕਰਦਿਆਂ ਕਹਿੰਦੇ ਹੋ ਸੱਜਣਾ ਜੇ ਤੂੰ ਪਰਮੇਸ਼ਰ ਦਾ ਭਜਨ ਨਹੀਂ ਕਰਦਾ ਤੇ ਕੱਲਾ ਆਪਣੇ ਇਸ ਸਰੀਰ ਤੇ ਤਨ ਨਾਲ ਜੁੜ ਕੇ ਤਨ ਦੀਆਂ ਹੀ ਕਿਰਿਆਵਾਂ ਕਰ ਰਿਹਾ ਉਹ ਤਾ ਯਾਦ ਰੱਖੀ ਤੇਰੇ ਸਤਨ ਦੀ ਖੇ ਉੱਡ ਜਾਣ ਵਾਲੀ ਹੈ ਜਦੋਂ ਇਹਨੇ ਸੜ ਕੇ ਸੁਆਹ ਹੋਣਾ ਤੈ ਤਨ ਉੱਡੈ ਖੇ ਦੂਸਰਾ ਅਰਥ ਇਦਾ ਵੀ ਮਹਾਪੁਰਸ਼ਾ ਕੀਤਾ ਹੈ ਜੇ ਤੂੰ ਸਾਧ ਸੰਗਤ ਵਿੱਚ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਨਹੀਂ ਸਿਮਰਦਾ ਤਾਂ ਤੇਰੇ ਸਤਨ ਵਿੱਚ ਵਿਸ਼ਿਆਂ ਤੇ ਰਕਾਰਾਂ ਦੀ ਖੇ ਉੱਡਦੀ ਰਹੇਗੀ ਵਿਸ਼ੇ ਵਿਕਾਰਾਂ ਦੀ ਤੇਰੇ ਤਨ ਵਿੱਚ ਖੇ ਉੱਡਦੀ ਰਹੇਗੀ ਕਿਉਂਕਿ ਤਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੈ ਇਹਦਾ ਮਤਲਬ ਤੇਰੇ ਤਨ ਦੇ ਵਿੱਚ ਵਿਸ਼ਿਆ ਤੇ ਵਿਕਾਰਾਂ ਦੀ ਖੇ ਉੱਡਦੀ ਰਹੇਗੀ ਜੇ ਤੂੰ ਹਰੀ ਦੇ ਨਾਮ ਨੂੰ ਸੰਗਤ ਵਿੱਚ ਆ ਕੇ ਨਹੀਂ ਸਿਮਰਦਾ ਯਾਨੀ ਕਿ ਪਰਮੇਸ਼ਰ ਦਾ ਭਜਨ ਕੀਤਿਆਂ ਆਪਾਲ ਪੁਰਖ ਦੀ ਸੰਗਤ ਬਾਣੀ ਪੜਦਿਆਂ ਗੁਰੂ ਕੀ ਸੰਗਤ ਕਰਦਿਆਂ ਇਹ ਜਿਹੜੇ ਵਿਸ਼ੇ ਵਿਕਾਰ ਨੇ ਸਹਿਜ ਸਹਿਜ ਘਟਦੇ ਐ ਜੇ ਸੰਗਤ ਕਰਨ ਲੱਗ ਪਈਏ। ਆਸਲ ਵਿੱਚ ਸੰਗਤ ਵਿੱਚ ਸਮਾਜ ਆਈਏ ਤਾਂ ਫਿਰ ਇਹ ਵਿਸ਼ੇ ਵਿਕਾਰ ਛਾਤ ਹੋਣੇ ਸ਼ੁਰੂ ਹੋ ਜਾਂਦੇ ਐ। ਪਰਮੇਸ਼ਰ ਦਾ ਭਜਨ ਕੀਤਿਆਂ ਆਕਾਲ ਪੁਰਖ ਦੀ ਬੰਦਗੀ ਕੀਤਿਆਂ ਸਭ ਤੋਂ ਪਹਿਲਾਂ ਜਿਹੜਾ ਕੋਈ ਵਿਕਾਰ ਹਿਰਦੇ ਚੋਂ ਭਜਦਾ ਉਹ ਹੈ ਕਾਮ। ਕਿਉਂਕਿ ਕਾਮ ਤੋਂ ਮਨੁੱਖ ਦੀ ਉਤਪਤੀ ਹੈ। ਔਰ ਕਾਮ ਦਾ ਵਿਕਾਰ ਸਭ ਤੋਂ ਪਹਿਲਾਂ ਆ ਕੇ ਘੇਰਦਾ ਹੈ ਜਦੋਂ ਕੋਈ ਸਾਧਕ ਸਾਧਨਾ ਕਰਦਾ ਹੈ। ਕਿਉਂਕਿ ਸਭ ਤੋਂ ਪਹਿਲਾਂ ਉਹਨੂੰ ਕਬਰਾਟ ਪੈਦਾ ਹੁੰਦੀ ਆ ਵੀ ਹੁਣ ਇਹਨੂੰ ਛੱਡ ਕੇ ਮੈਨੂੰ ਜਾਣਾ ਪਵੇਗਾ। ਪਰ ਜਾਣ ਤੋਂ ਪਹਿਲਾਂ ਆਪਣਾ ਜੋਰ ਤਾਂ ਉਹ ਪੂਰਾ ਵਿਖਾਉਂਦਾ ਹੈ ਨਾ ਵੀ ਮੈਂ ਕਿਸੇ ਤਰੀਕੇ ਜਿੱਤ ਜਾਵਾਂ ਨਾ ਜਾਵਾਂ। ਇਸੇ ਕਰਕੇ بڑے بڑے ઋષਿ मुनि ਤਪਸਵੀ ਸਾਧਨਾ ਕਰਦੇ ਆ ਤਪ ਕਰਦੇ ਆ ਆਪਣੇ ਕਰੈਕਟਰ ਤੋਂ ਭਰਮ ਗਏ ਡਿੱਗ ਪਏ ਆਚਰਣ ਤੋਂ ਡਿੱਗ ਪਏ ਕਿਉਂਕਿ ਉਸ ਵਿਕਾਰ ਨੂੰ ਜਿੱਤ ਨਾ ਸਕੇ ਫਿਰ ਕ੍ਰੋਧ ਦੀ ਬਿਰਤੀ ਉਤਪਨ ਹੋ ਜਾਂਦੀ ਹੈ ਸਾਧਨਾ ਕਰਦੇ ਆ ਕਰਦੇ ਆ ਫਿਰ ਕ੍ਰੋਧ ਨੂੰ ਭਾਜੜ ਪੈਂਦੀ ਆ ਫਿਰ ਲੋਭ ਫਿਰ ਹੰਕਾਰ ਸਭ ਤੋਂ ਬਾਅਦ ਵਿੱਚ ਅਗਰ ਕੋਈ ਵਿਕਾਰ ਜਾਂਦਾ ਹੈ ਉਹ ਹੈ ਮੋਹ। ਤੋਂ ਮੋਹ ਦਾ ਵਿਕਾਰ ਵੀ ਸ਼ਾਂਤ ਹੋ ਜਾਂਦਾ। ਤੋਂ ਸਾਧ ਸੰਗਤ ਕਰਦਿਆਂ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਸਿਮਰਦਿਆਂ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਹੁੰਦਾ ਹੈ ਇਹਨਾਂ ਵਿਕਾਰਾਂ ਤੋਂ ਬੰਦ ਖਲਾਸੀ ਹੁੰਦੀ। ਤੇ ਪੰਜਵੇਂ ਪਾਤਸ਼ਾਹ ਕਹਿੰਦੇ ਜੇ ਤੂੰ ਸੰਗਤ ਵਿੱਚ ਆ ਕੇ ਹਰੀ ਦਾ ਨਾਮ ਨਹੀਂ ਸਿਮਰਦਾ ਤੇ ਸੱਜਣਾ ਯਾਦ ਰੱਖੀ ਤੇਰੇ ਇਸ ਤਨ ਵਿੱਚ ਵਿਸ਼ਿਆ ਵਿਕਾਰਾਂ ਦੀ ਖੇ ਉੱਡਦੀ ਰਹੇਗੀ ਉਹਨਾਂ ਵਿਸ਼ਿਆ ਵਿਕਾਰਾਂ ਦੇ ਵਿੱਚ ਤੂੰ ਸਦਾ ਲਈ ਘਿਰਿਆ ਰਹੇਗਾ ਜਿਨ ਕੀਤੀ ਤਿਸੈ ਨਾ ਜਾਣਈ ਨਾਨਕ ਫਿਟ ਅਲੂਣੀ ਦੇਹ ਪਾਤਸ਼ਾਹ ਕਹਿੰਦੇ ਜਿਸ ਵਾਹਿਗੁਰੂ ਨੇ ਵਿਧਾਤੇ ਨੇ ਤੈਨੂੰ ਸਿਰਜਿਆ ਉਹਨੂੰ ਤੂੰ ਨਹੀਂ ਜਾਣਦਾ ਉਹਦਾ ਕਦੇ ਭਜਨ ਹੀ ਨਹੀਂ ਕਰਦਾ ਜਿਸ ਨੇ ਤੈਨੂੰ ਬਣਾਇਆ ਜਿਸ ਨੇ ਪੈਦਾ ਕੀਤਾ ਤੇ ਤੇਰੀ ਜਿਹੜੀ ਇਹ ਦੇਹ ਹੈ ਇਹ ਅਲੂਣੀ ਅਲੂਣੀ ਦਾ ਮਤਲਬ ਇਹਦੇ ਵਿੱਚ ਪ੍ਰੇਮ ਦਾ ਰਸ ਨਹੀਂ ਬੇਸਵਾਦੀ ਇਹਦੇ ਵਿੱਚ ਨਿਰੰਕਾਰ ਦੀ ਪ੍ਰੀਤ ਨਹੀਂ ਪਰਮੇਸ਼ਰ ਦਾ ਪ੍ਰੇਮ ਨਹੀਂ ਤੇ ਜਿਹੜੀ ਇਹ ਅਲੂਣੀ ਦੇਹ ਹੈ ਤੇਰੀ ਇਹੋ ਜੀ ਅਲੂਣੀ ਬੇਰਸੀ ਦੇਹ ਦੇ ਉੱਤੇ ਲਾਨਤ ਹੈ ਫਟਕਾਰ ਨਾਨਕ ਫਿਟ ਅਲੂਣੀ ਦੇ ਜਿਹੜੀ ਦੇਹ ਚ ਪਰਮੇਸ਼ਰ ਦੀ ਪ੍ਰੀਤ ਨਹੀਂ ਉਹ ਦੇਹ ਦੇ ਉੱਤੇ ਪਾਤਸ਼ਾਹ ਕਹਿੰਦੇ ਫਟਕਾਰ ਹਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਵਾਹਿਗੁਰੂ ਵਾਹਿਗੁਰੂ ਹੱਤ ਦਾ ਸੋਣਾ ਹੋਵੇ ਚੰਗੀ ਕੁੱਲ ਦੇ ਵਿੱਚ ਜੰਮਿਆ ਹੋਵੇ ਔਰ ਫੇਰ ਤਨਵੰਤ ਵੀ ਹੋਵੇ ਸ਼ਾਹੂਕਾਰ ਵੀ ਹੋਵੇ ਤੇ ਮੂੰਹ ਦੇ ਵਿੱਚੋਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਵੱਡਾ ਗਿਆਨੀ ਵੀ ਹੋਵੇ ਪਰ ਜੇ ਤੇਰੇ ਹਿਰਦੇ ਚ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰੀਤ ਨਹੀਂ ਤਾਂ ਮਹਾਰਾਜ ਜੀ ਕਹਿੰਦੇ ਤੂੰ ਜਿਉਂਦਾ ਹੀ ਮੁਰਦਿਆਂ ਦੇ ਮਨਿੰਦ ਹੈ ਵਾਹਿਗੁਰੂ ਕਲਕੱਤੇ ਦੇ ਇਲਾਕੇ ਵਿੱਚ ਇੱਕ ਮਹਾਪੁਰਸ਼ ਮਹਾਤਮਾ ਹੋਏ ਭਾਈ ਰਾਮਕ੍ਰਿਸ਼ਨ ਜੀ ਪਰਮਹੰਸ ਬੜੀ ਉੱਚ ਅਵਸਥਾ ਦੇ ਮਾਲਕ ਸਾਧੂ ਸਨ ਉਹਨਾਂ ਦੀ ਸੰਗਤ ਕੀਤੀ ਬਿਵੇਕਾਨੰਦ ਜੀ ਨੇ بڑے بڑے ਮਹਾਤਮਾ ਮਹਾਂਪੁਰਸ਼ Swami Ramkrishna Paramhans ji ਇੱਕ ਦਿਨ ਟੁਰੇ ਜਾਣ ਤੱਕ ਜਗਿਆਸੂ ਆਇਆ ਹੱਥ ਜੋੜ ਕੇ ਕਹਿਣ ਲੱਗਾ ਜੀ ਮੈਨੂੰ ਵੀ ਭਗਵਾਨ ਦੇ ਦਰਸ਼ਨ ਕਰਾਓ ਉਹਨੇ ਬਾਹ ਫੜੀ ਕਹਿਣ ਲੱਗੇ ਧੰਨਵਾਦ ਤੇਰਾ ਤੇਰੇ ਵਰਗੇ ਜਗਿਆਸੂ ਬੜੇ ਬਿਰਲੇ ਹੁੰਦੇ ਆ ਜਿਨ੍ਹਾਂ ਨੂੰ ਰੱਬ ਦੇ ਦਰਸ਼ਨਾਂ ਦੀ ਤਾਂਗ ਹੋਵੇ ਨਹੀਂ ਤਾਂ ਜਿੰਨੇ ਆਉਂਦੇ ਕੋਈ ਕਹਿੰਦਾ ਮੇਰਾ ਸਿਰ ਪੀੜ ਹੁੰਦਾ ਕੋਈ ਕਹਿੰਦਾ ਜੀ ਸਾਡੀ ਆਹ ਤਕਲੀਫ ਹੈ ਰੱਬ ਨੂੰ ਮਿਲਣ ਦੀ ਤਾਂਗ ਰੱਖਣ ਵਾਲੇ ਤਾਂ ਬਿਰਲੇ ਹੀ ਹੁੰਦੇ ਆ ਧੰਨਵਾਦ ਤੇਰਾ ਬਾਹ ਫੜ ਕੇ ਟੁਰੇ ਜਾਣ ਤੇ ਪੁੱਛਦੇ ਨੇ ਦੱਸ ਕਿ ਕਦੇ ਕਿਸੇ ਨਾਲ ਪ੍ਰੀਤ ਕੀਤੀ ਐ ਸਨੇਹ ਕੀਤਾ ਜੇ ਕਹਿ ਲੱਗਾ ਜੀ ਮਹਾਰਾਜ ਮੈਂ ਨਹੀਂ ਕਦੇ ਕਿਸੇ ਨਾਲ ਸਨੇਹ ਪ੍ਰੀਤ ਕੀਤੀ ਮੇਰੇ ਤਾਂ ਘਰ ਵਿੱਚ ਕੋਈ ਆਵੇ ਤੇ ਮੈਂ ਖਾਣ ਨੂੰ ਪੈ ਜਾਣਾ ਉਹਨਾਂ ਨੂੰ ਵੀ ਖਬਰਦਾਰ ਵੀ ਮੈਂ ਤਾਂ ਸਭ ਨਾਲੋਂ ਤੋੜ ਕੇ ਰੱਖੀ ਆ ਆਪਣੀ ਪ੍ਰੀਤ ਕਿਸੇ ਨਾਲ ਮੈਂ ਕੋਈ ਸੱਦੇ ਦੀ ਕਰਦਾ ਕੋਈ ਆਜੇ ਮੈਂ ਨਹੀਂ ਕਿਸੇ ਨਾਲ ਗੱਲ ਤੱਕ ਦੀ ਕਰਕੇ ਰਾਜੀ ਇੱਕਦਮ ਰਾਮਕ੍ਰਿਸ਼ਨ ਜੀ ਨੇ ਬਾਹ ਛਟਕ ਕੇ ਛੁੱਟ ਦਿੱਤੀ ਕਹਿੰਦੇ ਮੈਂ ਤਾਂ ਇੱਕ ਮੁਰਦੇ ਦਾ ਹੱਥ ਫੜ ਲਿਆ ਸੀ ਇੱਕ ਮੁਰਦੇ ਦਾ ਹੱਥ ਪਕੜ ਲਿਆ ਉਹ ਕਹਿੰਦਾ ਮਹਾਰਾਜ ਮੁਰਦਾ ਕਹਿੰਦੇ ਮੁਰਦਾ ਹੀ ਹੁੰਦਾ ਉਹ ਬੰਦਾ ਜਿਹੜਾ ਕਿਸੇ ਨਾਲ ਪ੍ਰੀਤ ਨਾ ਨਾ ਕਰੇ ਪਰਮੇਸ਼ਰ ਦੀ ਪ੍ਰੀਤ ਤੂੰ ਕਿੱਥੇ ਕਰੇਂਗਾ ਜੇ ਪਰਮੇਸ਼ਰ ਦੇ ਬਣਾਏ ਬੰਦਿਆਂ ਨਾਲ ਪ੍ਰੀਤ ਨਹੀਂ ਕਰਦਾ ਜਿਸ ਨੇ ਕਦੇ ਦੀਵੇ ਦੀ ਲੋ ਨਾ ਵੇਖੀ ਹੋਵੇ ਉਹਨੂੰ ਸੁਰਗ ਦੇ ਸਾਹਮਣੇ ਲੈ ਜਾਓ ਅੰਨਾ ਹੋ ਜਾਏਗਾ ਤੂੰ ਤਾਂ ਕਦੇ ਉਹਦੇ ਬੜਾਏ ਬੰਦਿਆਂ ਨਾਲ ਪ੍ਰੀਤ ਨਹੀਂ ਕੀਤੀ ਦੀਵੇ ਦੀ ਰੋਸ਼ਨੀ ਨਹੀਂ ਵੇਖੀ ਤੇ ਜੇ ਅਕਾਲ ਪੁਰਖ ਦੇ ਸੁਰਗ ਦੇ ਸਾਹਮਣੇ ਲੈ ਗਿਆ ਉਹ ਪ੍ਰਕਾਸ਼ ਤੂੰ ਕਿਵੇਂ ਤੱਕੇਗਾ ਉਹਦੀ ਪ੍ਰੀਤ ਨੂੰ ਕਿਵੇਂ ਆਪਣੇ ਹਿਰਦੇ 'ਚ ਵਸਾਵੇਂਗਾ ਅਰੀ ਦੀ ਪ੍ਰੀਤ ਜਿਹਨਾਂ ਦੇ ਹਿਰਦਿਆਂ ਵਿੱਚ ਨਹੀਂ ਉਹ ਮੁਰਦਿਆਂ ਦੇ ਮਨਿੰਦ ਹਨ ਪਾਤਸ਼ਾਹ ਕਹਿੰਦੇ ਫਿੱਟ ਅਲੂਣੀ ਦੇ ਅਲੂਣੀ ਮਤਲਬ ਜਿਹਦੇ ਚ ਕੋਈ ਰਸ ਨਹੀਂ ਪਰਮੇਸ਼ਰ ਦੇ ਪ੍ਰੇਮ ਦੇ ਰਸ ਤੋਂ ਬਿਹੋਣੀ ਦੇ ਉਹਨੂੰ ਕਹਿੰਦੇ ਨੇ ਅਲੂਣੀ ਵੈਸੇ ਭਾਈ ਗੁਰਦਾਸ ਜੀ ਨੇ ਸਾਧਨਾ ਕਰਨ ਵਾਲੇ ਸਾਧਕ ਨੂੰ ਵੀ ਕਿਹਾ ਕਿ ਜਦੋਂ ਤੂੰ ਸਾਧਨਾ ਪ੍ਰਾਰੰਭ ਕਰੇਗਾ ਉਹ ਵੀ ਅਲੂਣੀ ਸਿਲ ਚੱਟਣ ਦੇ ਤੋਲੇ ਸੇਲ ਅਲੂਣੀ ਚਟਤੀ ਐ ਭਜਨ ਕਰਦੇ ਆ ਬਾਣੀ ਪੜ੍ਹਦੇ ਆ ਪਹਿਲੇ ਦਿਨ ਤੋਂ ਰਸ ਨਹੀਂ ਆਉਂਦਾ ਦੂਜੇ ਦਿਨ ਤੀਜੇ ਦਿਨ ਰਸ ਨਹੀਂ ਆਉਣ ਲੱਗ ਪੈਂਦਾ ਮਹੀਨਾ ਬੀਤਦਾ ਦੋ ਮਹੀਨੇ 6 ਮਹੀਨੇ ਜਿਵੇਂ ਜਿਵੇਂ ਸਾਧਨਾ ਕਰਦੇ ਆ ਸਮਾਂ ਬੀਤਦਾ ਫਿਰ ਰਸ ਆਉਣਾ ਸ਼ੁਰੂ ਹੁੰਦਾ ਨਹੀਂ ਤਾਂ ਪਹਿਲਾਂ ਸ਼ੁਰੂਆਤ ਵਿੱਚ ਅਲੂਣੀ ਸੇਲੀ ਚਟਣੀ ਪੈਂਦੀ ਤੋ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਤੂੰ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਨਹੀਂ ਜਾਣਦਾ ਜਿਸ ਨੇ ਤੈਨੂੰ ਸਿਰਜਿਆ ਤੂੰ ਉਹਨੂੰ ਨਹੀਂ ਆਰਾਧਦਾ ਉਹਦੇ ਪ੍ਰੇਮ ਤੋਂ ਬਿਨਾਂ ਤੇਰੀ ਇਹ ਦੇਹ ਅਲੂਣੀ ਹੈ ਯਾਨੀ ਕਿ ਬੇਰਸੀ ਹੈ ਤਾਂ ਤੇਰੀ ਇਸ ਦੇਹ ਤੇ ਫਟਕਾਰ ਹੈ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਅਗਲਾ ਸ਼ਲੋਕ ਉਚਾਰਦੇ ਹਨ ਘਟ ਵਸਾ ਚਰਨਾਰਬਿੰਦ ਰਸਨਾ ਜਪੈ ਗੋਪਾਲ ਪਾਤਸ਼ਾਹ ਕਹਿੰਦੇ ਜਿਸ ਦੇ ਘਟ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੇ ਚਰਨ ਕਮਲ ਵਸਦੇ ਨੇ ਔਰ ਜਿਹੜਾ ਆਪਣੀ ਰਸਨਾ ਤੋਂ ਗੋਪਾਲ ਦਾ ਜਾਪ ਜਪਦਾ ਜਿਸ ਦੇ ਘਟ ਵਿੱਚ ਹਰੀ ਦੇ ਚਰਨ ਵਸਦੇ ਨੇ ਔਰ ਰਸਨਾ ਤੇ ਉਹਦਾ ਨਾਮ ਹੈ ਫਿਰਦੇ ਚ ਉਹਦੇ ਚਰਨ ਔਰ ਮੁਖ ਵਿੱਚੋਂ ਪਾਰਬ੍ਰਮ ਪਰਮੇਸ਼ਰ ਦਾ ਭਜਨ ਜਿਹੜੇ ਉਹ ਅਕਾਲ ਪੁਰਖ ਦਾ ਜਾਪ ਜਪਦੇ ਹਨ ਨਾਨਕ ਸੂ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਜਿਹੜੀ ਦੇਹ ਚ ਰਹਿ ਕੇ ਉਸ ਪ੍ਰਭੂ ਨੂੰ ਸਿਮਰੀਦਾ ਅਕਾਲ ਪੁਰਖ ਦਾ ਭਜਨ ਕਰੀਦਾ ਮਹਾਰਾਜ ਜੀ ਕਹਿੰਦੇ ਫਿਰ ਭਾਈ ਇਹੋ ਜੀ ਦੇਹ ਦੀ ਤਾਂ ਪਾਲਣਾ ਕਰਨੇ ਚਾਹੀਏ ਉਪਰ ਕਿਹਾ ਇਹਦੇ ਜਿਨ੍ਹਾਂ ਵਿੱਚ ਭਜਨ ਨਹੀਂ ਉਹਨਾਂ ਦੇਆਂ ਨੂੰ ਅਲੂਣੀ ਤੇ ਫਟਕਾਰ ਯੋਗ ਕਿਹਾ ਔਰ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇਆਂ ਵਿੱਚ ਸਰੀਰਾਂ ਚ ਰਹਿ ਕੇ ਪਰਮੇਸ਼ਰ ਦਾ ਭਜਨ ਕਰੀਏ ਅਕਾਲ ਪੁਰਖ ਨੂੰ ਸਿਮਰਿਏ ਉਸ ਦੇਹ ਦੀ ਪਾਲਣਾ ਕਰੋ ਤਿਸ ਦੇਹੀ ਕੋ ਪਾਲ ਕੱਲੀ ਦੇਹ ਨੂੰ ਨਹੀਂ ਪਾਲਣਾ ਉਸ ਦੇਹ ਨੂੰ ਪਾਲ ਲੈ ਜਿਸ ਦੇਹ ਚ ਰਹਿ ਕੇ ਪਰਮੇਸ਼ਰ ਦਾ ਭਜਨ ਕਰੀਏ ਉਹਦੀ ਸੰਭਾਲ ਕਰਨ ਤਦੇ ਗੁਰਦੇਵ ਨੇ ਸਾਨੂੰ ਮਰਿਆਦਾ ਦ੍ਰਿੜ ਕਰਾਈ ਖਾਣ ਦੀ ਸਵਣ ਦੀ ਪਹਿਨਣ ਦੀ ਆਚਾਰ ਦੀ ਵਿਵਹਾਰ ਦੀ ਕਰਨੀ ਕਥਨੀ ਦੀ ਇਹ ਸਾਰੀ ਮਰਿਆਦਾ ਗੁਰਦੇਵ ਨੇ ਸਾਨੂੰ ਦ੍ਰਿੜ ਕਰਾਈ ਕਿਉਂਕਿ ਇਸ ਦੇਹ ਦੀ ਪਾਲਣਾ ਦੀ ਬਾਤ ਹੋ ਰਹੀ ਹੈ ਜਿਸ ਦੇਹ ਚਾ ਕੇ ਪਰਮੇਸ਼ਰ ਦਾ ਭਜਨ ਕਰੀਦਾ ਜਿਸ ਦੇਹ ਚਾ ਕੇ ਪਰਮੇਸ਼ਰ ਦਾ ਸਿਮਰਨ ਕਰੀਦਾ ਹਾਂਜੀ ਪੌੜੀ ਆਪੇ 68 ਤੀਰਥ ਕਰਤਾ ਆਪ ਕਰੇ ਇਸਨਾਨ ਪੌੜੀ ਮਹਾਰਾਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਜੀ ਉਚਾਰਨ ਕਰ ਰਹੇ ਪਰਮੇਸ਼ਰ ਆਪ ਹੀ ਆਪ ਹੈ ਸਰਬ ਥਾਈ ਆਪੇ 68 ਤੀਰਥ ਕਰਤਾ ਪਾਰ ਬ੍ਰਹਮ ਪਰਮੇਸ਼ਰ ਆਪ ਹੀ 68 ਤੀਰਥਾਂ ਦਾ ਕਰਤਾ ਹੈ ਉਹਨਾਂ ਨੂੰ ਬਣਾਉਣ ਵਾਲਾ ਹੈ ਜੇ ਸਾਰੀ ਧਰਤੀ ਉਹਦੀ ਬਣਾਈ ਹੈ ਤੇ ਫਿਰ ਇਹ ਤੀਰਥ ਵੀ ਤਾਂ ਉਸੇ ਦੇ ਕੀਤੇ ਹੋਏ ਨੇ ਨਾ ਸਭ ਕੁਝ ਉਸੇ ਦਾ ਹੀ ਬਣਾਇਆ ਹੋਇਆ ਆਪ ਹੀ ਉਹਨਾਂ 68 ਤੀਰਥਾਂ ਦਾ ਕਰਤਾ ਹੈ ਔਰ ਆਪ ਹੀ ਉਹਨਾਂ 68 ਤੀਰਥਾਂ ਦੇ ਉੱਤੇ ਇਸ਼ਨਾਨੀ ਬਣ ਕੇ ਇਸ਼ਨਾਨ ਕਰਨ ਵਾਲਾ ਹੈ। ਆਪ ਕਰੇ ਇਸ ਇਸ਼ਨਾਨ ਉਹਨਾਂ ਤੀਰਥਾਂ ਤੇ ਜਿੰਨੇ ਨਹਾਉਣ ਵਾਲੇ ਨੇ ਕਿ ਉਹਨਾਂ ਚ ਰੱਬ ਨਹੀਂਗਾ। ਪ੍ਰਮਾਤਮਾ ਦੀ ਜੋਤ ਤਾਂ ਸਰਬ ਵਿੱਚ ਹੈ ਤੇ ਜੇ ਉਹ ਸਾਰਿਆਂ ਵਿੱਚ ਵੱਸਦਾ ਹੈ ਸਾਰਿਆਂ ਚ ਰਹਿੰਦਾ ਹੈ ਤੇ ਫਿਰ ਉਹਦਾ ਤੀਰਥਾਂ ਤੇ ਇਸ਼ਨਾਨ ਕਰਨ ਵਾਲਾ ਵੀ ਫਿਰ ਉਹ ਆਪ ਹੀ ਹੋਇਆ ਨਾ। ਉਹਦੇ ਬੇੜਾ ਕੋਈ ਦੂਜਾ ਹੈ ਹੀ ਨਹੀਂ ਉਹ ਆਪ ਹੀ 68 ਤੀਰਥਾਂ ਦਾ ਕਰਤਾ ਹੈ ਫਿਰ ਉਹਨਾਂ 68 ਤੀਰਥਾਂ ਦੇ ਉੱਤੇ ਇਸ਼ਨਾਨੀ ਬਣ ਕੇ ਇਸ਼ਨਾਨ ਕਰਨ ਵਾਲਾ ਵੀ ਉਹ ਨਿਰੰਕਾਰ ਆਪ ਹੀ ਹੈ ਆਪੇ ਸੰਜਮ ਵਰਤਾ ਸੁਆਮੀ ਆਪ ਪੂਜ ਪਾਹੇ ਨਾਮ ਸਾਨੂੰ ਕੋਈ ਮਰਿਆਦਾ ਰੱਖਣ ਵਾਲਾ ਬੰਦਾ ਦਿਸੇ ਤੇ ਆਪਾਂ ਕਹਿੰਦੇ ਫਲਾਣਾ ਬੰਦਾ ਬੜੀ ਮਰਿਆਦਾ ਰੱਖਦਾ ਉਹ ਮਰਿਆਦਾ 'ਚ ਰਹਿੰਦਾ। ਉਹਦੀ ਬੋਲਣ ਦੀ ਬੜੀ ਮਰਿਆਦਾ ਹੈ, ਖਾਣ ਦੀ ਮਰਿਆਦਾ ਹੈ, ਵਿਚਰਣ ਦੀ ਮਰਿਆਦਾ ਹੈ, ਉਹ ਗੁਰ ਮਰਿਆਦਾ 'ਚ ਰਹਿੰਦਾ। ਸਾਨੂੰ ਉਹ ਬੰਦਾ ਦਿਸੇਗਾ ਜਿਹੜਾ ਮਰਿਆਦਾ 'ਚ ਰਹਿ ਰਿਹਾ ਹੈ। ਬ੍ਰਹਮ ਦ੍ਰਿਸ਼ਟੀ ਵਾਲੇ ਗੁਰਮਖ ਨੂੰ ਨਜ਼ਰ ਆਵੇਗਾ ਕਿ ਜਿਹੜਾ ਉਹ ਮਰਿਆਦਾ ਵਿੱਚ ਰਹਿਣ ਵਾਲਾ ਹੈ ਉਹ ਆਪ ਹੀ ਹੈ। ਅਕਾਲ ਪੁਰਖ ਹੈ। ਅਸੀਂ ਕਰਾਂਗੇ ਜਿਹੜਾ ਮਰਿਆਦਾ ਵਿੱਚ ਰਹਿਣ ਵਾਲਾ ਹੈ ਉਹਦੀ ਵਡਿਆਈ। ਤੇ ਗੁਰਮੁਖ ਵਡਿਆਈ ਉਹਦੀ ਕਰੇਗਾ ਜੋ ਉਹਦੇ ਵਿੱਚ ਚੇਤਨ ਸਰੂਪ ਹੋ ਕੇ ਵਿਆਪਕ ਹੈ। ਸ਼ਹੀਦ ਭਾਈ ਮਨੀ ਸਿੰਘ ਜੀ ਕਹਿੰਦੇ ਬੰਦਿਆਂ ਦੀਆਂ ਸਿਫਤਾਂ ਨਾ ਕਰੋ। ਜਦੋਂ ਕੋਈ ਗੁਣਵਾਨ ਵਿਦਵਾਨ ਚੰਗਾ ਭਲਾ ਪੁਰਸ਼ ਨਜ਼ਰ ਆਵੇ ਤਾਂ ਅਸੀਂ ਅਕਸਰ ਉਹਦੀ ਸੋਭਾ ਕਰਨ ਲੱਗ ਪਏ ਨੇ ਵਡਿਆਈ ਕਰਨ ਲੱਗ ਪਏ। ਗਰੀਬਨਵਾਜ਼ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਨੰਨ ਸੇਵਕ ਨੇ ਸ਼ਹੀਦ ਭਾਈ ਬਨੀ ਸਿੰਘ ਜੀ ਜਿਹੜਾ ਬੰਦ-ਬੰਦ ਘਟਾਇਆ ਉਹ ਕਹਿੰਦੇ ਜਦੋਂ ਕੋਈ ਗੁਣਵਾਨ ਪੁਰਖ ਨਜ਼ਰ ਆਵੇ ਕੋਈ ਮਰਿਆਦਾ ਵਿੱਚ ਪੁਰਖ ਨਜ਼ਰ ਆਵੇ ਕੋਈ ਭਜਨੀਕ ਪੁਰਖ ਨਜ਼ਰ ਆਵੇ ਤਾਂ ਉਹਨੂੰ ਵੇਖ ਕੇ ਆਖਿਆ ਕਰੋ ਧੰਨ ਵਾਹਿਗੁਰੂ ਜਿਨ ਅਸ ਨਾ ਰੂਪ ਜਾਏ ਇਹ ਬਚਨ ਭਾਈ ਮਨੀ ਸਿੰਘ ਜੀ ਨੇ ਲਿਖੇ ਸਿੱਖਾਂ ਦੀ ਭਗਤਮਾਲਾ ਚ ਤਾਨ ਵਾਏ ਗੁਰੂ ਜਿਨ ਅਸਰ ਦਾਰਿ ਉਪਜਾਏ ਉਹ ਵਾਏ ਗੁਰੂ ਧਾਨ ਹੈ ਜਿਨੇ ਇਹੋ ਜੇ ਬੰਦੇ ਪੈਦਾ ਕੀਤੇ ਹੈ। ਯਾਨੀ ਕਿ ਸੁਰਤ ਪਰਮੇਸ਼ਰ ਵੱਲ ਚਲੀ ਜਾਏ। ਇੱਥੇ ਜੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਵੇਖਦੇ ਆ ਵੀ ਕੋਈ ਮਰਿਆਦਾ ਵਾਲਾ ਪੁਰਸ਼ ਹੈ ਸੰਜਮ ਚ ਰਹਿਣ ਵਾਲਾ। ਤਾਂ ਮਹਾਰਾਜ ਜੀ ਕਹਿੰਦੇ ਉਹ ਸੰਜਮ ਵਿੱਚ ਵਰਤਣ ਵਾਲਾ ਵੀ ਉਹ ਸੁਆਮੀ ਅਕਾਲ ਪੁਰਖ ਆਪ ਹੈ। ਆਪ ਜਪਾਹੇ ਨਾਮ। ਉਹ ਆਪ ਹੀ ਹੈ ਜਿਹੜਾ ਸੰਸਾਰ ਦੇ ਸਮਸਤ ਜੀਵਾਂ ਨੂੰ ਨਾਮ ਜਪਾਉਣ ਵਾਲਾ ਹੈ ਜਪਾਉਣ ਵਾਲਾ ਵੀ ਆਪ ਹੈ ਤੇ ਜਪਣ ਵਾਲਾ ਵੀ ਆਪ ਹੀ ਹੈ ਆਪ ਹੀ ਜਪਦਾ ਤੇ ਆਪ ਹੀ ਜਪਾਉਂਦਾ ਹੈ ਆਪ ਦਇਆਲ ਹੋਏ ਭਉ ਖੰਡਨ ਆਪ ਕਰੈ ਸਬਦਾਨ ਆਪ ਹੀ ਵਾਹਿਗੁਰੂ ਜੀ ਦਇਆਲ ਹੋ ਕੇ ਜਿਨ੍ਹਾਂ ਤੇ ਤਰਸ ਕਰਦੇ ਨੇ ਉਹਨਾਂ ਦਾ ਜਨਮ ਮਰਨ ਖੰਡ ਦਿੰਦੇ ਹਨ ਭਉ ਖੰਡਨ ਭਉ ਨਾਮ ਜਨਮ ਦਾ ਹੈ ਭੋਵ ਸੰਸਕ੍ਰਿਤ ਦਾ ਸ਼ਬਦ ਹੈ ਭੋਵ ਯਾਨੀ ਕਿ ਹੋ ਜਾ ਪਉ ਨਾਮ ਜਨਮ ਦਾ ਵੀ ਹੈ ਪਉ ਨਾਮ ਡਰ ਦਾ ਵੀ ਹੈ ਪਾਰ ਬ੍ਰਹਮ ਪਰਮੇਸ਼ਰ ਆਪ ਜਿਨ੍ਹਾਂ ਤੇ ਦਇਆ ਕਰਦਾ ਹੈ ਉਹਨਾਂ ਦੇ ਜਨਮ ਤੇ ਮਰਨ ਦੇ ਡਰ ਨੂੰ ਖੰਡ ਦਿੰਦਾ ਆਪ ਕਰੈ ਸਭ ਦਾਨ ਉਹ ਆਪ ਹੀ ਹੈ ਜਿਹੜਾ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਨ ਕਰਨ ਵਾਲਾ ਦਾਤਾ ਹੈ ਜਿਸ ਨਾਮ ਗੁਰਮੁਖ ਆਪ 부ਝਾਏ ਸੋ ਸਾਧ ਹੀ ਦਰਗਹ ਪਾਏ ਮਾਨ ਜਿਸ ਨੂੰ ਗੁਰੂ ਕੇ ਪਿਆਰੇ ਜਿਉਂ ਕਹਿ ਲੋ ਜਿਹੜੇ ਗੁਰੂ ਕੀ ਸ਼ਰਨ ਚ ਆ ਕੇ ਗੁਰਮੁਖ ਹੋ ਜਾਂਦੇ ਹਨ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਆਪਣੇ ਮੁਖ ਦਵਾਰਾ ਆਪ 부ਝਾ ਦਿੰਦੇ ਨੇ ਸਾਰੀ ਖੇੜ ਉਹ ਫਿਰ ਸਦਾ ਵਾਸਤੇ ਨਿਰੰਕਾਰ ਦੀ ਦਰਗਾਹ ਚ ਮਾਨ ਪਾਉਂਦੇ ਹਨ ਸੋ ਸਾਧ ਹੀ ਦਰਗਹ ਪਾਏ ਮਾਨ ਉਹ ਸਾਦਾ ਹੀ ਨਿਰੰਕਾਰ ਦੇ ਦਰਗਾਹ 'ਚ ਮਾਣ ਪਾਉਂਦੇ ਹਨ ਜਿਸ ਦੀ ਪੈਜ ਰੱਖਾ ਹਰ ਸੁਆਮੀ ਸੋ ਸੱਚਾ ਹਰ ਜਾਣ ਧੰਨ ਗੁਰੂ ਰਾਮਦਾਸ ਸਾਹਿਬ ਜੀ ਅਖੀਰਲੀ ਪੰਗਤੀ 'ਚ ਫਰਮਾਉਂਦੇ ਨੇ ਪੌੜੀ ਦੀ ਸਮਾਪਤੀ ਕਰਦਿਆਂ ਕਿ ਜਿਹਦੀ ਪੈਜ ਉਹ ਹਰੀਪ ਸੁਆਮੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਰੱਖਦੇ ਨੇ ਉਹੀ ਅਸਲ ਵਿੱਚ ਸੱਚਾ ਜਾਣੋ ਗੱਲਾਂ ਨਾਲ ਨਹੀਂ ਕੋਈ ਸੱਚਾ ਹੋ ਜਾਂਦਾ ਇਹ ਪ੍ਰਚਾਰ ਕਰਾਵੇ ਕਿ ਮੈਂ ਸੱਚ ਕਹਿ ਰਿਹਾ ਮੈਂ ਸੱਚ ਦਾ ਬੋਲ ਬੋਲ ਰਿਹਾ ਮੈਂ ਸੱਚਾ ਹਾਂ ਇਦਾਂ ਕਹਿਣ ਨਾਲ ਨਹੀਂ ਕੋਈ ਸੱਚਾ ਹੁੰਦਾ ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਸੱਚਾ ਉਹ ਹੈ ਜਿਹਦੀ ਪੈ ਜੋ ਨਿਰੰਕਾਰ ਅੰਤਲੇ ਸਵਾਸਾਂ ਤੱਕ ਰੱਖ ਲਵੇ ਉਹ ਸੱਚਾ ਜਾਣੋ ਅੰਤਲੇ ਸਾਹ ਤੱਕ ਜਿਹੜਾ ਪਾਰਬਰਮ ਪਰਮੇਸ਼ਰ ਪੈਜ ਰੱਖ ਲਵੇ ਕਿਉਂਕਿ ਕਿਆ ਜਾਣੀਏ ਜਦੋਂ ਤੱਕ ਇਹ ਜ਼ਿੰਦਗੀ ਦੀ ਕਿਸ਼ਤੀ 'ਚ ਬੈਠੇ ਆਲੇ ਤਾਂ ਸਮੁੰਦਰ 'ਚ ਟੁਰੀ ਜਾਂਦੀ ਹੈ ਕਿਸੇ ਹੰਨੇ ਬੰਨੇ ਨਹੀਂ ਲੱਗੀ ਕਿਆ ਜਾਣੀਏ ਕੀ ਹੋਵੇ ਇਸ ਕਰਕੇ ਸੱਚਾ ਉਹ ਜਾਣਿਆ ਜਾਂਦਾ ਹੈ ਤਾਂ ਅਨੁਗੁਰੂ RAMDAS ਪਾਤਸ਼ਾਹ ਕਹਿੰਦੇ ਜੇ ਦੀ ਪੈਜ ਉਹ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਰੱਖ ਲਵੇ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ 891 ਤੇ ਅੰਗ ਤੇ ਪਹੁੰਚੀ ਹੈ 26 ਸ਼ਬਦ ਪਿੱਛੇ RAM ਕਲੀ ਰਾਗ ਦੇ ਸੰਪੰਨ ਹੋਏ ਹਨ 27ਵਾਂ ਸ਼ਬਦ ਪ੍ਰਾਰੰਭ ਹੋ ਰਿਹਾ ਪੰਜਵੇਂ ਪਾਤਸ਼ਾਹ ਤਾਂ ਅਨੁਗੁਰੂ ਅਰਜਨ ਦੇਵ ਸਾਹਿਬ ਕਿਰਪਾ ਦੇ ਘਰ ਵਿੱਚ ਆ ਕੇ ਬਖਸ਼ਿਸ਼ ਕਰ ਰਹੇ ਨੇ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAMKALI ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਓ ਰਾਮ ਕਲੀ ਰਾਗ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਇਹ ਅੰਮ੍ਰਿਤ ਵਚਨ ਉਚਾਰਨ ਕਰ ਰਹੇ ਨੇ ਬੀਜ ਮੰਤਰ ਵੈਸੇ ਪੂਰੇ ਬ੍ਰਹਿਮੰਡ ਦਾ ਬੀਜ ਮੰਤਰ ਹੈ ਇੱਕ ਓ ਅੰਕਾਰ ਜਿਸ ਬੀਜ ਤੋਂ ਇਹ ਸਾਰਾ ਸੰਸਾਰ ਪੈਦਾ ਹੋਇਆ ਜੈਸੇ ਬੀਜ ਤੋਂ ਦਰਖਤ ਦੀ ਉਤਪਤੀ ਹੈ ਤੈਸੇ ਏਕ ਓੰਕਾਰ ਰੂਪੀ ਬੀਜ ਮੰਤਰ ਤੋਂ ਪੂਰੇ ਬ੍ਰਹਿਮੰਡ ਦੀ ਉਤਪਤੀ ਹੈ। ਤੋਂ ਬੀਜ ਮੰਤਰ ਹਰ ਕੀਰਤਨ ਗਾਓ। ਜਾਂ ਇਸ ਤਰ੍ਹਾਂ ਕਹਿ ਲੋ ਕਿ ਗੁਰੂ ਪਾਤਸ਼ਾਹ ਜੀ ਦੇ ਬਯੰਤ ਉਪਦੇਸ਼ ਦੇ ਆਪਣੇ ਸੇਵਕਾਂ ਜੀਵਨਾ ਉਪਦੇਸ਼ਾਂ ਵਿੱਚੋਂ ਲੱਭਣਾ ਹੋਵੇ ਵੀ ਸਭ ਤੋਂ ਸ੍ਰੇਸ਼ਟ ਬੀਜ ਮੰਤਰ ਉਪਦੇਸ਼ ਕਿਹੜਾ ਤਾਂ ਉਹ ਬੀਜ ਮੰਤਰ ਉਪਦੇਸ਼ ਗੁਰੂ ਸਾਹਿਬ ਜੀ ਕਹਿੰਦੇ ਸਤਿਗੁਰੂ ਜੀ ਇਹ ਦਿੰਦੇ ਆਪਣੇ ਸਿੱਖ ਨੂੰ ਕਿ ਹਰੀ ਪਰਮੇਸ਼ਰ ਦੇ ਕੀਰਤਨ ਨੂੰ ਗਾਇਨ ਕਰੋ ਇਹ ਸਭ ਤੋਂ ਸ੍ਰੇਸ਼ਟ ਉਪਦੇਸ਼ ਹੈ ਉੱਤਮ ਉਪਦੇਸ਼ ਗੁਰੂ ਸਾਹਿਬ ਦਾ ਸ੍ਰੇਸ਼ਟ ਉਪਦੇਸ਼ ਹੈ ਸਾਨੂੰ ਸਾਰਿਆਂ ਨੂੰ ਕਿ ਹਰੀ ਦਾ ਕੀਰਤਨ ਗਾਓ ਹਰੀ ਦੇ ਕੀਰਤਨ ਨੂੰ ਗਾਇਨ ਕਰੋ ਜਾਂ ਇਉਂ ਵੀ ਅਰਥ ਕੀਤਾ ਫਰੀਦ ਕੋਟੀ ਟੀਕੇ ਵਾਲੇ ਵਿਦਵਾਨਾਂ ਨੇ ਕਿ ਹਰੀ ਦਾ ਕੀਰਤਨ ਗਾਇਨ ਕਰਨਾ ਹੀ ਬੀਜ ਮੰਤਰ ਹੈ ਜੇ ਕੋਈ ਪੁੱਛੇ ਵੀ ਬੀਜ ਮੰਤਰ ਕੀ ਹੈ ਤਾ ਹਰੀ ਦਾ ਕੀਰਤਨ ਗਾਇਨ ਕਰਨਾ ਬੀਜ ਮੰਤਰ ਹੈ। ਨਰੰਕਾਰ ਦੇ ਕੀਰਤਨ ਦੇ ਤੁਲ ਖਾਲਸਾ ਜੀ ਕੁਝ ਨਹੀਂ। ਭਾਈ ਮਰਦਾਨੇ ਨੂੰ ਗੁਰੂ ਬਾਬਾ ਜੀ ਨੇ ਆਖਿਆ ਐਸੀ ਅਮੋਲਕ ਦਾਤ ਦੇਾਂਗੇ ਮਰਦਾਨਿਆਂ ਜਿਹਦਾ ਕੋਈ ਮੁੱਲ ਨਹੀਂ ਹੈ ਨਿਰਬੋਲ ਹੀਰਾ। ਤੇ ਉਹ ਹੈ ਤੈਨੂੰ ਹਰੀ ਦੇ ਕੀਰਤਨ ਦੀ ਦਾਤ ਬਖਸ਼ਤੇ। ਇਹਦੇ ਤੁਲ ਕੁਝ ਨਹੀਂ। ਤਾਰੇ ਗੁਰੂ ਘਰ ਵਿੱਚ ਅੰਮ੍ਰਿਤ ਵੇਲੇ ਆਸਾ ਜੀ ਦੀ ਬਾਣ ਦੇ ਕੀਰਤਨ ਗੂੰਜਦੇ ਹਨ ਧੰਨ ਗੁਰੂ ਨਾਨਕ ਸਾਹਿਬ ਜਿੱਥੇ ਵੀ ਗਏ ਰਬਾਬ ਛੇੜੀ ਤੇ ਭਾਈ ਮਰਦਾਨੇ ਨੇ ਰਬਾਬ ਛੇੜਨੀ ਤੇ ਸਤਿਗੁਰਾਂ ਕੀਰਤਨ ਕਰਨਾ ਹਰੀ ਕੀਰਤਨ ਨਾਲ ਕਿਤਦੇ ਜੀਵਾਂ ਦਾ ਪਾਰ ਉਤਾਰਾ ਕੀਤਾ ਦੁਨੀਆਂ ਦੇ ਜਿੰਨੇ ਵੀ ਕਰਮ ਕੀਤੇ ਜਾਂਦੇ ਹਨ ਸਭ ਤੋਂ ਸ੍ਰੇਸ਼ਟ ਕਰਮ ਬੀਜ ਮੰਤਰ ਉਹ ਹਰੀ ਦਾ ਕੀਰਤਨ ਹੈ ਕਾਲਯੁਗ ਬਹਿ ਕੀਰਤਨ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਏ ਧਿਆਨਾ ਸਭ ਤੋਂ ਸ੍ਰੇਸ਼ਟ ਪ੍ਰਧਾਨ ਕਰਮ ਹੈ ਹਰੀ ਦਾ ਕੀਰਤਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਵਿੱਚ ਸਾਨਮੁਖ ਖਲੋ ਕੇ ਕਦੇ ਕਿਸੇ ਵਿਅਕਤੀ ਵਿਸ਼ੇਸ਼ ਦੀ ਅਰਦਾਸ ਨਹੀਂ ਹੁੰਦੀ ਸੰਗਤੀ ਰੂਪ ਚ ਤਾਬਿਆਂ ਬੈਠੇ ਗਿਆਨੀ ਸਿੰਘ ਜਾਂ ਅਰਦਾਸੀਏ ਸਿੰਘ ਤਾਂ ਭਵੇਂ ਅਰਦਾਸ ਕਰਨ ਪ੍ਰਸੰਗਤੀ ਰੂਪ ਵਿੱਚ ਇੱਕੋ ਇੱਕ ਗੁਰੂ ਘਰ ਦੇ ਬਹਾਦਰੀਏ ਕੀਰਤਰੀਏ ਬਾਬਾ ਸ਼ਾਮ ਸਿੰਘ ਜੀ ਹਨ ਜਿਨ੍ਹਾਂ ਦੇ ਅਸਥਾਨ ਤੋਂ ਸਵੇਰ ਅੰਮ੍ਰਿਤ ਵੇਲੇ ਦੀ ਪਹਿਲੀ ਦੀਗ ਆਉਂਦੀ ਤੋਂ ਉਹਨਾਂ ਦਾ ਨਾਂ ਲੈ ਕੇ ਅਰਦਾਸਾ ਕੀਤਾ ਜਾਂਦਾ ਹੈ ਇਹ ਗੁਰੂ ਘਰ ਦੇ ਵਿੱਚ ਕੀਰਤਨ ਦਾ ਸਤਿਕਾਰ ਹੈ ਹਰੀ ਕੀਰਤਨ ਦਾ ਤੋ ਬੀਜ ਮੰਤਰ ਹਰੀ ਅਕਾਲ ਪੁਰਖ ਪਰਵੇਸ਼ਰ ਦਾ ਕੀਰਤਨ ਗਾਵਣਾ ਇਹੀ ਬੀਜ ਮੰਤਰ ਹੈ ਪੁੱਛਿਆ ਜੀ ਕੀਰਤਨ ਸਾਜ਼ਾਂ ਦੁਆਰਾ ਜੇ ਮੈਨੂੰ ਸਾਜ਼ ਨਹੀਂ ਆਉਂਦੇ ਤੇ ਕੀਰਤਨ ਕਿਵੇਂ ਕਰਾਂ ਬਾਦਸ਼ਾਹ ਕਹਿੰਦੇ ਜਦੋਂ ਤੱਕ ਤੁਸੀਂ ਕੋਈ ਸਾਜ਼ ਸੁਰ ਕਰਨਾ ਜਦੋਂ ਤੱਕ ਕੋਈ ਰਬਾਬ ਤੰਦੀ ਸੁਰ ਕਰਨੀ ਆ ਉਹਨਾਂ ਟਾਈਮ ਕਹਿੰਦੇ ਮੈਂ ਜਿਹੜਾ ਅਜਾਈ ਬਤੀਤ ਕਰਾ ਵਾਹਿਗੁਰੂ ਬਿਨਾਂ ਸਾਜਾਂ ਤੋਂ ਹੀ ਤੇਰਾ ਕੀਰਤਨ ਕਰਦਾ ਤੇਰਾ ਜਸ ਕਰਦਾ ਤੇਰੇ ਗੁਣ ਗਾਉਣਾ ਇਹ ਵੀ ਕੀਰਤਨ ਹੈ ਗੁਰਬਾਣੀ ਪੜ ਰਹੇ ਹੋ ਇਹ ਕੀਰਤਨ ਹੈ ਹਰੀ ਦਾ ਵਾਹਿਗੁਰੂ ਗੁਰਮੰਤਰ ਦਾ ਜਾਪ-ਜਪ ਰਹੇ ਹੋ ਹਰੀ ਦਾ ਕੀਰਤਨ ਹੈ ਮੂਲ ਮੰਤਰ ਦਾ ਅਭਿਆਸ ਕਰ ਰਹੇ ਹੋ ਇਹ ਹਰੀ ਦਾ ਕੀਰਤਨ ਹੈ ਦਿਨ ਚ ਜਪਜੀ ਸਾਹਿਬ ਦੀ ਬਾਣੀ ਦੇ ਜਾਪ-ਜਪ ਰਹੇ ਹੋ ਇਹ ਹਰੀ ਦਾ ਕੀਰਤਨ ਹੈ ਉਸੀ ਸਾਜਾਂ ਨਾਲ ਕਰੋ ਤੇ ਸਾਜਾਂ ਤੋਂ ਬਿਨਾ ਕਰੋ ਇਹ ਕੀਰਤਨ ਹੀ ਸਦੀੜਾ ਕਿਉਂਕਿ ਇਹ ਸਾਰੀ ਬਾਣੀ ਹਰੀ ਦਾ ਕੀਰਤਨ ਹੈ ਏ ਕੋ ਓੰਕਾਰ ਤੋਂ ਲੈ ਕੇ 18 10 20 ਤੱਕ ਜਾਪ ਸਾਹਿਬ ਤੋਂ ਲੈ ਕੇ ਜ਼ਫਰਨਾਮੇ ਤੱਕ ਜਿਤਨੀ ਬਾਣੀਆਂ ਹਰੀ ਦਾ ਕੀਰਤਨ ਹੈ ਅਕਾਲ ਪੁਰਖ ਦਾ ਕੀਰਤਨ ਹੈ ਕਿਤੋਂ ਵੀ ਪੜ ਲਓ ਕੋਈ ਸ਼ਬਦ ਗੁਰਬਾਣੀ ਦਾ ਪੜ ਲਓ ਭਾਈ ਗੁਰਦਾਸ ਜੀ ਦੀ ਬਾਣੀ ਦੀਆਂ ਵਾਰਾਂ ਪੜ ਲਵੋ ਕੋਈ ਪੌੜੀ ਪੜ ਲਓ ਭਾਈ ਨੰਦ ਲਾਲ ਸਾਹਿਬ ਦੀ ਬਾਣੀ ਪੜ ਲਓ ਇਹ ਹਰੀ ਦਾ ਕੀਰਤਨ ਤੇ ਇਹ ਹਰੀ ਦਾ ਕੀਰਤਨ ਬੀਜ ਮੰਤਰ ਹੈ ਹਾਂਜੀ ਆਗੈ ਮਿਲੀ ਨਿਥਾਵੇ ਥਾਓ ਜਿਹੜੇ ਹਰੀ ਦਾ ਕੀਰਤਨ ਗਾਉਂਦੇ ਐ ਜੇ ਇੱਥੇ ਉਹਨਾਂ ਨੂੰ ਕਿਹਾ ਜਾਂਦਾ ਨਾ ਨਿਥਾਵੇਂ ਹਰੀ ਦਾ ਕੀਰਤਨ ਗਾਇਨ ਕਰਨ ਵਾਲੇ ਨਿਥਾਵਿਆਂ ਨੂੰ ਅੱਗੇ ਪ੍ਰਭੂ ਦੇ ਚਰਨਾਂ 'ਚ ਥਾਂ ਮਿਲ ਜਾਂਦੀ। ਆਸਲ ਵਿੱਚ ਨਿਥਾਵਾਂ ਕੌਣ ਐ ਜਿਹਨੂੰ ਨਾ ਇਹ ਸੰਸਾਰ ਛੱਲੇ ਤੇ ਨਾ ਪਰਲੋਕ ਛੱਲੇ। ਇਹ ਸੰਸਾਰ ਛੱਡ ਕੇ ਪਰਲੋਕ ਨੂੰ ਜਾਵੇ ਤੇ ਪਰਲੋਕ ਵਾਲੇ ਫਿਰ ਧੱਕ ਦੇਣ ਵੀ ਜਾ ਸੰਸਾਰ 'ਚ। ਫਿਰ ਜੰਮੇ। ਇਹ ਸੰਸਾਰ ਤੋਂ ਮਰ ਕੇ ਫਿਰ ਪਰਲੋਕ ਜਾਵੇ ਸੰਸਾਰ ਵਾਲੇ ਵੀ ਨਾ ਰੱਖਣ। ਵੀ ਜਾ ਪਰਲੋਕ ਨੂੰ ਤੇ ਪਰਲੋਕ ਵਾਲੇ ਫਿਰ ਧੱਕ ਕੇ ਜਨਮ ਦੇ ਵਿੱਚ ਭੇਜ ਦੇਣੇ ਨੂੰ ਕਹਿੰਦੇ ਨੇ ਨਿਥਾਵਾਂ ਵੀ ਥਾ ਹੀ ਨਾ ਮਿਲੇ ਨਾ ਇੱਥੇ ਦਾ ਉੱਥੇ ਦੁਆ ਜਹਾਨਾ ਚ ਉਹਨੂੰ ਕਹਿੰਦੇ ਆ ਨਿਥਾਵਾਂ ਜਿਹੜੇ ਇਹੋ ਜੇ ਨਿਥਾਵੇਂ ਨੇ ਜੇ ਹਰੀ ਦਾ ਕੀਰਤਨ ਗਾਵਣ ਤਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਹਨਾਂ ਨਿਥਾਵਿਆਂ ਨੂੰ ਪਰਮੇਸ਼ਰ ਦੇ ਚਰਨਾਂ ਚ ਥਾ ਮਿਲ ਜਾਂਦੀ ਹੈ ਜਿਉ ਜਲ ਮਹਿ ਜਲ ਆਹੇ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਡ ਗਏ ਗਵਨ ਪਾਏ ਬਿਸਰਾਮ ਐਸੀ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਐ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਹਨ ਆਵਾ ਗੌਣ ਤੋਂ ਰਹਿਤ ਹੋ ਜਾਂਦੇ ਹਨ ਐਸੀ ਸਥਿਤੀ ਪਰਮਾਤਮਾ ਦੇ ਚਰਣਾ ਵਿੱਚ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਪੂਰੇ ਪੂਰੇ ਕੀ ਚਰਣੀ ਲੱਗ ਏ ਭਾਈ ਪੂਰੇ ਗੁਰੂ ਦੇ ਚਰਣੀ ਲੱਗ ਗਿਆ ਚਰਣੀ ਲੱਗ ਕੇਵਲੇ ਸੰਸਾਰ ਤੋਂ ਤਰਨ ਦਾ ਇੱਕੋ ਤਰੀਕਾ ਹੈ ਗੁਰੂ ਦੇ ਚਰਨਾਂ ਨਾਲ ਲੱਗ ਗੁਰੂ ਦੇ ਚਰਨਾਂ ਨਾਲ ਜੁੜ ਜਨਮ ਜਨਮ ਕਾ ਸੋਇਆ ਜਾਗ ਜਿਹੜਾ ਪੂਰੇ ਗੁਰੂ ਦੇ ਚਰਨ ਹੀ ਲੱਗ ਗਿਆ ਉਹ ਜਨਮਾਂ ਜਨਮਾਂ ਤੋਂ ਸੁੱਤਾ ਹੋਇਆ ਜਾਗ ਪੈਂਦਾ ਜਿਹੜਾ ਜੀਵ ਜਨਮਾਂ ਜਨਮਾਂ ਤੋਂ ਸੁੱਤਾ ਪਿਆ ਸੀ ਉਹ ਜਾਗ ਪੈਂਦਾ ਜਦੋਂ ਪੂਰੇ ਗੁਰੂ ਦੇ ਚਰਣੀ ਲੱਗ ਗਿਆ 700 ਸਾਲ ਹੋ ਗਏ ਸਨ ਸੁੱਤੇ ਹੋਏ ਲੋਕਾਂ ਨੂੰ 700 ਸਾਲ ਤੋਂ ਕਿਸੇ ਨੇ ਨਹੀਂ ਸੀ ਜਗਾਇਆ ਕਲਗੀਆਂ ਵਾਲੇ ਚੋਜੇ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਗਾਇਆ ਜਾਗੋ ਏ ਕਿਉਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੇ ਹੋਏ ਨਰਕ ਭਰੀ ਜ਼ਿੰਦਗੀ ਨੂੰ ਜੀ ਰਹੇ ਹੋ ਗਰੀਬਨ ਆਵਾਜ਼ ਪਾਤਸ਼ਾਹ ਦੇ ਜਿਹੜੇ ਚਰਣੀ ਲੱਗ ਗਏ ਉਹ ਜਨਮਾਂ ਜਨਮਾਂ ਤੋਂ ਸੁੱਤੇ ਹੋਏ ਜਾਗ ਪੈਂਦੇ ਹਨ ਹਰ ਹਰ ਜਾਪ ਜਪਲਾ ਹਰੀ ਵਾਹਿਗੁਰੂ ਪਰਮੇਸ਼ਰ ਦਾ ਜਾਪ ਜਪ ਲੈ ਬਈ ਜਪਲਾ ਯਾਨੀ ਕਿ ਜਪ ਲੈ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਾਪ ਜਪ ਜਿਸ ਜਪੇ ਹੋਏ ਜਾਪ ਕਰਕੇ ਤੇਰੇ ਹਿਰਦੇ ਚ ਪਰਮਾਨੰਦ ਦੀ ਅਵਸਥਾ ਬਣੇਗੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਸਤ ਨਾਮ ਵਾਹਿ ਗੁਰ ਹਰੀ ਭਾਈ ਗੁਰੂ ਪਰਮੇਸ਼ਰ ਦੇ ਜਾਪ ਨੂੰ ਹਰ ਹਰ ਜਾਪ ਜਪਲਾ ਏ ਭਾਈ ਹਰੀ ਪਰਮੇਸ਼ਰ ਦੇ ਜਾਪ ਨੂੰ ਜਪਣਾ ਕਰੋ ਕੋਰਾ ਕਿਰਪਾ ਤੇ ਹਿਰਦ ਵਾਸਾ ਪੌਜਲ ਪਾਰ ਪਰਲਾ ਜਦੋਂ ਹਰੀ ਦਾ ਜਾਪ ਜਪੋਗੇ ਤੇ ਫਿਰ ਗੁਰੂ ਦੀ ਕਿਰਪਾ ਵਰਤੇਗੀ ਤੇ ਜਦੋਂ ਸਤਗੁਰੂ ਜੀ ਕਿਰਪਾ ਕਰਨਗੇ ਤਾਂ ਇਹ ਜਾਪ ਹਿਰਦੇ 'ਚ ਵਸੇਗਾ ਗੁਰ ਕਿਰਪਾ ਤੇ ਹਿਰਦੈ ਵਸ ਗੁਰੂ ਦੀ ਕਿਰਪਾ ਨਾਲੇ ਜਾਪ ਹਿਰਦੇ 'ਚ ਵਸੇਗਾ ਜਦੋਂ ਇਹ ਜਾਪ ਹਿਰਦੇ 'ਚ ਵਸੇਗਾ ਭੌਜਲ ਪਾਰ ਪਰਲਾ ਫਿਰ ਇਸ ਭੌਜਲ ਤੋਂ ਤੂੰ ਪਾਰ ਹੋ ਕੇ ਪਰੇ ਉੱਤਰ ਜਾਏਗਾ ਜਦੋਂ ਗੁਰੂ ਦੀ ਕਿਰਪਾ ਨਾਲੇ ਜਾਪ ਹਿਰਦੇ ਚ ਵਸਿਆ ਤੂੰ ਇਸ ਭਵਜਲ ਤੋਂ ਇਸ ਸੰਸਾਰ ਤੋਂ ਪਾਰ ਉਤਰੇਗਾ ਰਹਾਉ ਨਾਮ ਨਿਧਾਨ ਧਿਆਏ ਮਨ ਅਟਲ ਕਹਿੰਦੇ ਪਰਮੇਸ਼ਰ ਦੇ ਨਾਮ ਰੂਪੀ ਖਜ਼ਾਨੇ ਨੂੰ ਜਦੋਂ ਧਿਆਵੇਗਾ ਮਨ ਅਟਲ ਹੋ ਜਾਏਗਾ ਟਲ ਡੋਲੇਗਾ ਹੀ ਨਹੀਂ ਇਹ ਮਨ ਇੱਕ ਕਾਗਰ ਹੋ ਜਾਏਗਾ ਕਿੰਨੇ اٹਲ ਮਨ ਹੋਣਗੇ ਭਾਈ ਬਨੀ ਸਿੰਘ ਜੀ ਵਰਗੇ ਗੁਰਮਖਾਂ ਦੇ 25 26 ਸਾਲ ਦੀ ਚੜ੍ਹਦੀ ਜਵਾਨੀ ਵਿੱਚ ਭਾਈ ਤਾਰੂ ਸਿੰਘ ਜੀ ਵਰਗੇ ਮਹਾਨ ਸ਼ਹੀਦਾਂ ਦੇ ਮਨ ਕਿੰਨੇ اٹਲ ਹੋਣਗੇ ਬਹੁਤ ਲੁਭਾਵ ਨੇ ਲਾਲਚ ਦਿੱਤੇ ਗਏ ਤਸੀਹੇ ਦਿੱਤੇ ਗਏ ਪਰ ਤਨ ਸਾਨੂੰ ਉਹਨਾਂ ਦੇ ਮਨ اٹਲ ਰਹੇ ਕਿਉਂਕਿ ਨਾਮ ਦੀ ਬਰਕਤ ਇਸ ਮਨ ਨੂੰ ਅਟੱਲ ਕਰ ਦਿੰਦੀ ਹੈ ਫਿਰ ਇਹ ਮਨ ਡਾਵਾ ਡੋਲ ਨਹੀਂ ਹੁੰਦਾ ਇਹ ਦੇ ਵੀ ਜਿੱਥੇ ਵਰਜੀ ਡੋਲ ਜੈ ਅਟੱਲ ਹੋ ਜਾਂਦਾ ਨਾਮ ਜਪਣ ਨਾਲ ਇੰਨੀ ਦ੍ਰਿੜਤਾ ਆ ਜਾਂਦੀ ਹੈ ਮਨ ਵਿੱਚ ਇਹ ਡੋਲਦਾ ਨਹੀਂ ਛੇਤੀ ਅਡੋਲ ਹੋ ਜਾਂਦਾ ਨਾਮ ਦੀ ਕਮਾਈ ਇਸ ਮਨ ਨੂੰ ਅਡੋਲ ਕਰਦੀ ਹੈ ਤਦੇ ਮਹਾਪੁਰਸ਼ਾ ਗੁਰਮਖਾਂ ਦੇ ਮਨ ਇਤਨੇ ਅਡੋਲ ਤੇ ਅਟਲ ਹੋ ਜਾਂਦੇ ਐ ਕੋਈ ਹਰ ਖਾਵੇ ਕੋਈ ਸੋਗ ਆਵੇ ਉਹਨਾਂ ਦੀ ਬਿਰਤੀ ਇੱਕ ਸਮਾਨ ਬਣੀ ਰਹਿੰਦੀ ਐ ਇੱਕ ਸਮਾਨ ਕਟਸ ਸ਼ਬਦ ਵਰਤਿਆ ਜਾਂਦਾ ਕਟਸ ਸ਼ਾਸਤਰਾਂ ਵਿੱਚ ਕਟਸ ਦੀ ਨਿਆਈ ਹੋ ਜਾਂਦੇ ਜਿਵੇਂ ਕਿਸੇ ਲੋਹਾਰ ਦੇ ਜਿੱਥੇ ਲੋਹਾ ਘੜਿਆ ਜਾਂਦਾ ਇੱਕ ਐਰਨ ਪਈ ਹੁੰਦੀ ਉਹਨੂੰ ਕੁਟਸਥ ਕਹਿੰਦੇ ਨੇ ਕਿੰਨੇ ਥੋੜੇ ਉੱਤੇ ਪੈਂਦੇ ਆਪਣੀ ਜਗ੍ਹਾ ਧਿਲਦੀ ਨਹੀਂ ਅਡੋਲ ਪਈ ਰਹਿੰਦੀ ਏਦਾਂ ਕੁਟਸਥ ਦੀ ਨਿਆਈ ਉਹ ਬ੍ਰਹਮ ਵਿੱਚ ਅਪੇਧ ਹੋ ਜਾਂਦੇ ਉਹਨਾਂ ਦਾ ਮਨ ਅਟੱਲ ਹੋ ਜਾਂਦਾ ਜਿਹੜੇ ਨਾਮ ਦੀ ਕਮਾਈ ਕਰਦੇ ਹਨ ਤਾਂ ਛੁੱਟ ਹੈ ਮਾਇਆ ਕੀ ਪਟਲ ਇਹ ਪਟਲ ਕਹਿੰਦੇ ਨੇ ਪਰਦੇ ਨੂੰ ਇਹ ਮਾਇਆ ਦੇ ਪਰਦੇ ਨੇ ਸਾਰੇ ਕਿਤਨੇ ਪਰਦੇ ਨੇ ਮਾਇਆ ਦੇ ਇੱਕ ਪੜਦਾ ਪਾਸੇ ਕੀਤੇ ਆ ਦੂਜਾ ਆਣ ਘੇਰਦਾ ਹੈ ਕਹਿੰਦੇ ਜਦੋਂ ਤੁਸੀਂ ਨਾਮ ਦੀ ਸਾਧਨਾ ਕਰਕੇ ਆਪਣਾ ਮਨ ਅਟੱਲ ਕਰੋਗੇ ਤੇ ਫੇਰੇ ਮਾਇਆ ਦੇ ਪੜਦੇ ਟੁੱਟ ਜਾਣਗੇ ਮਾਇਆ ਵੀ ਪ੍ਰਭਾ ਨਹੀਂ ਸਕੇਗੀ ਫਿਰ ਮਾਇਆ ਪੜਦਾ ਨਹੀਂ ਪਾ ਸਕੇਗੀ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ اے ਭਾਈ ਗੁਰੂ ਕਾ ਸ਼ਬਦ ਅੰਮ੍ਰਿਤ ਹੈ ਅੰਮ੍ਰਿਤ ਇਸ ਅਮਰਤ ਰਸ ਨੂੰ ਪੀਵੋ ਭਾਈ ਜਿੰਨਾ ਪੀਤਾ ਜਾਂਦਾ ਹੈ ਅਮਰਤ ਨਾਮ ਨਿਧਾਨ ਹੈ ਅਮਰਤ ਨਾਮ ਨਿਬਾਨ ਹੈ ਅਮਰਤ ਨਾਮ ਨਿਧਾਨ ਹੈ ਅਮਰਤ ਨਾਮ ਨਿਧਾਨ ਹੈ ਅਮਰਤ ਨਾਮ ਨਿਬਾਨ ਹੈ ਅਮਰਤ ਨਾਮ ਨਿਧਾਨ ਹੈ ਅਮਰਤ ਨਾਮ ਨਿਧਾਨ ਹੈ ਅਮਰਤ ਨਾਮ ਨਿਧਾਨ ਹੈ ਲਪੀਵੋ ਭਾਈ ਮੈ ਲਪੀਵੋ ਭਾਈ ਲਪੀਵੋ ਭਾਈ ਮੈ ਲਪੀਵੋ ਭਾਈ ਇਹ ਅੰਮ੍ਰਿਤ ਦੇ ਖਜ਼ਾਨੇ ਨੂੰ ਅੰਮ੍ਰਿਤ ਦੀਆਂ ਘੁੱਟਾਂ ਨੂੰ ਭਾਈ ਬਿਲ ਕੇ ਪੀਵੋ ਏ ਗੁਰੂ ਕੇ ਸ਼ਬਦ ਦੁਆਰਾ ਅੰਮ੍ਰਿਤ ਨਾਮ ਰਸ ਨੂੰ ਪੀਵੋ। ਆਪ ਤੇਰਾ ਹੋਏ ਨਿਰਮਲ ਜੀਓ। ਇਹ ਅੰਮ੍ਰਿਤ ਦੀਆਂ ਘੋਟਾ ਪੀਵੇਂਗਾ ਨਾਮ ਅੰਮ੍ਰਿਤ ਦੀਆਂ ਤੇ ਪੰਜਵੇਂ ਪਾਤਸ਼ਾਹ ਕਹਿੰਦੇ ਤੇਰਾ ਹਿਰਦਾ ਤੇਰਾ ਜੀੜਾ ਤਾਂ ਨਿਰਮਲ ਹੋਵੇਗਾ। ਅੰਮ੍ਰਿਤ ਪੀ ਕੇ ਤੇਰੇ ਹਿਰਦੇ ਨੂੰ ਪਵਿੱਤਰਤਾ ਮਿਲੇਗੀ। ਅੱਜ ਦੇ ਕਈਆਂ ਨੂੰ ਕਹੀਏ ਭਾਈ ਅਮਰਤ ਸ਼ਕੋ ਤੇ ਕਹਿੰਦੇ ਜੀ ਸਾਡੇ ਭਾਗਾਂ 'ਚ ਕਿੱਥੇ ਸਾਡੇ ਤਾਂ ਕਰਮ ਮਾੜੇ ਸਾਡੇ ਮਨ ਮੈਲੇ ਪਾਤਸ਼ਾਹ ਕਹਿੰਦੇ ਅਮਰਤ ਅੰਦਰ ਜਾਏਗਾ ਇਹ ਮਨ ਸ਼ੁੱਧ ਹੋ ਜਾਏਗਾ ਇਹ ਨਾਮ ਅੰਮ੍ਰਿਤ ਪੀਵੋਗੇ ਤਾਂ ਤੁਹਾਡੇ ਹਿਰਦੇ ਨਿਰਮਲ ਹੋਣਗੇ ਪਵਿੱਤਰ ਹੋਣਗੇ ਸੋਧਤ ਸੋਧਤ ਸੋਧ ਵਿਚਾਰਾ ਸੋਧਤ ਦਾ ਮਤਲਬ ਹੁੰਦਾ ਵੀ ਚੰਗੀ ਤਰ੍ਹਾਂ ਕੋਖਣਾ ਪੜਤਾਲ ਕਰਨੀ ਵੇਖਣਾ ਵਿਚਾਰਨਾ ਕਹਿੰਦੇ بڑے بڑے ਧਰਮ ਗ੍ਰੰਥ ਸ਼ਾਸਤਰ ਵੇਦ ਪੁਰਾਣ ਸਭ ਕੋਖੇ ਸਭ ਵੇਖੇ ਸਭ ਚੰਗੀ ਤਰ੍ਹਾਂ ਪੜ ਕੇ ਵਿਚਾਰੇ ਬਿਨ ਹਰ ਭਗਤ ਨਹੀਂ ਛੁਟਕਾਰਾ ਸਭ ਨੇ ਕੋਈ ਗੱਲ ਕਹੀ ਜਿੰਨੇ ਸ਼ਾਸਤਰ ਜਿੰਨੇ ਧਰਮ ਗ੍ਰੰਥ ਵੇਦ ਪੁਰਾਣ ਸਿਮਰਤੀਆਂ ਸਾਰੇ ਸੋਧ ਕੇ ਵਿਚਾਰ ਕੇ ਵੇਖੇ ਨੇ ਸਭ ਨੇ ਇੱਕੋ ਗੱਲ ਕਹੀ ਸਭ ਮਹਾਪੁਰਸ਼ਾਂ ਸਭ ਰਿਸ਼ੀਆਂ ਮੁੰਡੀਆਂ ਤਪਸਵੀਆਂ ਅਵਤਾਰਾਂ ਪੈਗੰਬਰਾਂ ਨੇ ਕਿ ਭਾਈ ਅਰੀ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਤੋਂ ਬਿਨਾ ਇਹਦਾ ਛੁਟਕਾਰਾ ਨਹੀਂ ਹੋਣਾ। ਕਹੇਦੇ ਮੈਂ ਵਿਚਾਰ ਕਰਕੇ ਜਿਵੇਂ ਕਹਿੰਦੇ ਨੇ ਕਿਸੇ ਸਿੱਟੇ ਤੇ ਪਹੁੰਚਣਾ। ਪੰਜਵੇਂ ਪਾਤਸ਼ਾਹ ਕਹੇਦੇ ਬਹੁਤ ਕੁਝ ਕੋਖਿਆ, ਬਹੁਤ ਕੁਝ ਵਿਚਾਰਿਆ ਤੇ ਵਿਚਾਰਣ ਤੋਂ ਬਾਅਦ ਸੋਚਦਿਆਂ 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 ਅਖੀਰ ਨੂੰ ਇੱਕ ਨਿਰਣੇ ਤੇ ਪਹੁੰਚਿਆ। ਉਹ ਨਿਰਣਾ ਇਹ ਹੈ ਕਿ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਜੀਵ ਦਾ ਛੁਟਕਾਰਾ ਨਹੀਂ ਹੋਣਾ ਬਿਨ ਹਰ ਭਗਤ ਨਹੀਂ ਛੁਟਕਾਰਾ ਹਰੀ ਦੀ ਭਗਤੀ ਤੋਂ ਬਿਨਾਂ ਇਸ ਜੀਵ ਦਾ ਛੁਟਕਾਰਾ ਨਹੀਂ ਹੋਣਾ ਇੱਕ ਜਗ੍ਹਾ ਤੇ ਵੀ ਕਹਿੰਦੇ ਬਿਨ ਹਰ ਭਜਨ ਨਹੀਂ ਛੁਟਕਾਰਾ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਅਕਾਲ ਪੁਰਖ ਦੀ ਬੰਦਗੀ ਤੇ ਉਹਦੀ ਭਗਤੀ ਤੋਂ ਬਿਨਾਂ ਇਸ ਜੀਵ ਦਾ ਛੁਟਕਾਰਾ ਨਹੀਂ ਹੋਣਾ ਪੰਜਵੇਂ ਪਾਤਸ਼ਾਹ ਕਹਿੰਦੇ ਇਹ ਮੈਂ ਨਿਰਣੇ ਤੇ ਪਹੁੰਚਿਆ ਇਸ ਸਿੱਟੇ ਤੇ ਪਹੁੰਚਿਆ ਸਰਬ ਕਲਾ ਸਮਰੱਥ ਗੁਰਦੇਵ ਦਾ ਇਹ ਸਿਧਾਂਤ ਹੈ ਉਹਨਾਂ ਦਾ ਇਹ ਸਿੱਟਾ ਹੈ ਪਾਤਸ਼ਾਹ ਕਹਿੰਦੇ ਮੈਂ ਇਸ ਸਿੱਟੇ ਤੇ ਪਹੁੰਚ ਗਿਆ ਇਸ ਨਿਰਣੇ ਤੇ ਹਰੀ ਭਗਤੀ ਤੋਂ ਬਿਨਾ ਇਸ ਜੀਵ ਦਾ ਛੁਟਕਾਰਾ ਨਹੀਂ ਹੋਣਾ ਸੋਹਰ ਭਜਨ ਸਾਧ ਕੈ ਸੰਗ ਜਿਹੜਾ ਹਰੀ ਦਾ ਭਜਨ ਹੈ ਪਰਮੇਸ਼ਰ ਦਾ ਭਜਨ ਹੈ ਉਹ ਮਿਲਦਾ ਕਿੱਥੇ ਆ ਉਹ ਸਾਧੂ ਜਨਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਸਾਧ ਕੈ ਸੰਗ ਸਾਧੂ ਜਨਾਂ ਦੇ ਸੰਗ ਦੁਆਰਾ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਭਜਨ ਦੀ ਪ੍ਰਾਪਤੀ ਹੁੰਦੀ ਹੈ। ਮਨ ਤਨ ਰਾਪੈ ਹਰ ਕੈ ਰੰਗ ਸਾਧ ਸੰਗਤ ਕਿਹਦਾ ਸਥਾਨ ਹੈ ਜਿੱਥੇ ਆਣ ਕੇ ਇਸ ਮਨ ਨੂੰ ਔਰ ਇਸ ਤਨ ਨੂੰ ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਜਾ ਸਕਦਾ ਹੈ। ਸਾਧ ਸੰਗਤ ਇੱਕ ਐਸਾ ਸਥਾਨ ਹੈ ਜਿੱਥੇ ਮਨ ਵੀ ਰੰਗਿਆ ਜਾਂਦਾ ਪ੍ਰਭੂ ਭਗਤੀ ਵਿੱਚ। ਔਰ ਤਾਂ ਵੀ ਸਫਲ ਹੋ ਜਾਂਦਾ ਹੈ ਇਹ ਸਰੀਰ ਵੀ ਰੰਗਿਆ ਜਾਂਦਾ ਹੈ ਸੋਣ ਸਿਆਣਪ ਬਹੁਤ ਚਤੁਰਾਈ ਚਤਰਾਈਆਂ ਤੇ ਚਲਾਕੀਆਂ ਛੱਡ ਦੇ ਰੱਬ ਦੇ ਘਰ ਵਿੱਚ ਚਲਾਕੀਆਂ ਚਤਰਾਈਆਂ ਨਹੀਂ ਚੱਲਦੀਆਂ ਜਿੰਨੀਆਂ ਮਰਜ਼ੀ ਚਲਾਕੀਆਂ ਚਤਰਾਈਆਂ ਕਰੇ ਨਿਰੰਕਾਰ ਦੇ ਘਰ ਨਹੀਂ ਜੇ ਚੱਲਦੀਆਂ ਦੋ ਜਣਿਆਂ ਨੂੰ ਕਿਤੇ ਲਾਭ ਹੋਇਆ ਮੁਨਾਫਾ ਹੋਇਆ ਬੜੀ ਕਮਾਈ ਕੀਤੀ ਕਿਸੇ ਦੇ ਸਾਹਮਣੇ ਕਹਿ ਬੈਠੇ ਵੀ ਜਦੋਂ ਮੁਨਾਫਾ ਹੋਵੇਗਾ ਤੇ ਇਹਦੇ ਚੋਂ ਬਹੁਤਾ ਹਿੱਸਾ ਆਪਣੇ ਭਗਵਾਨ ਦੇ ਦਰ ਤੇ ਦੇਾਂਗੇ ਚੱਲ ਪਏ ਤੇ ਜਾਣ ਲੱਗੇ ਦੇਣ ਵਾਸਤੇ ਮੁਨਾਫਾ ਵੱਧ ਹੋਇਆ ਤੇ ਜਿੰਨਾ ਵੱਧ ਮੁਨਾਫਾ ਉਹਦੇ ਚੋਂ ਵੱਧ ਹਿੱਸਾ ਦੇਣਾ ਪੈਣਾ ਸੀ ਅਕਸਰ ਕਈਆਂ ਦੇ ਮਨ ਵਿੱਚ ਆ ਜਾਂਦਾ ਜੇ ਕਮਾਈ ਵੱਧ ਹੋਵੇ ਤੇ ਦਸਵਾਂ ਤੋਂ ਵੱਧ ਕੱਢਣਾ ਪਵੇ ਉਹ ਨਹੀਂ ਤੇ ਮਨ ਦੁਖਦਾ ਵੀ ਹੁਣ ਲੱਖ ਚੋਂ 10000 ਦਸਵਾਂ ਦੇ ਕਿਵੇਂ ਕੱਢ ਦਈਏ ਕਹਿੰਦੇ ਹਜ਼ਾਰ ਨਾਲ ਨਹੀਂ ਗੱਲ ਬਣਦੀ ਫਿਰ ਕਮਾਈ 10000 ਹੀ ਹੋਵੇ ਤੇ ਫਿਰ ਭਲ ਜੋ ਬਾਬੇ ਕੇ ਦਾਮ ਨ ਦਹਿ ਤਿੰਨ ਤੇ ਗਹਿ ਬਾਬਰ ਕੇ ਲੈ ਵਾਹ ਗੁਰੂ ਜਿਹੜੇ ਬਾਬੇ ਕੇ ਨਹੀਂ ਦਿੰਦੇ ਉਹਨਾਂ ਨੂੰ ਫਿਰ ਬਾਬਰ ਕੇ ਘੇਰ ਕੇ ਲੈ ਲੈਂਦੇ ਚਲੇ ਜ਼ਰੂਰ ਜਾਣੇ ਦੋਵੇਂ ਗਏ ਪਰ ਜਦੋਂ ਸਾਹਮਣੇ ਭਗਵਾਨ ਦੇ ਗੋਲਕ ਪਈ ਤੇ ਗੋਲਕ ਚ ਪੈਸੇ ਪਾਣ ਨੂੰ ਹੁਣ ਦਿਲ ਨਾ ਕਰੇ ਕਹਿ ਲੱਗਾ ਭਗਵਾਨ ਚੱਲ ਹੁਣੇ ਫੈਸਲਾ ਤੇਰੇ ਤੇ ਵੀ ਮੈਂ ਜਿੰਨੇ ਕਮਾਏ ਨੇ ਸਾਰੇ ਤੇਰੇ ਵੱਲ ਸੁੱਟਦਾ ਵਾਰੀ ਵਾਰੀ ਕਰਕੇ ਸਿੱਕੇ ਸੀ ਵੀ ਜਿੰਨੇ ਤੇਰੀ ਗੋਲਕ ਤੇ ਡਿੱਗ ਗਏ ਤੇਰੇ ਜਿਹੜੇ ਬਾਹਰ ਡਿੱਗ ਗਏ ਉਹ ਮੇਰੇ ਅੱਖਾਂ ਉਹਨੇ ਬੰਦ ਕਰ ਲਈਆਂ ਤੇ ਇੱਕ ਬਗਾ ਕੇ ਮਾਰਿਆ ਉਹ ਗੋਲਕ ਚ ਜਾ ਪਿਆ ਇਹਨੇ ਵੇਖਿਆ ਵੀ ਇੰਨਾ ਇੱਕ ਜ਼ੋਰ ਨਾਲ ਮਾਰੋ ਤੇ ਗੋਲਕ ਚ ਪੈਂਦਾ ਜਾਣ ਕੇ ਉਹ ਰਹੀ ਸੁੱਟ ਲਿਆ ਕਰੇ ਹੋਲੇ ਜੇ ਸੁੱਟਣੇ ਤਾਂ ਆਪ ਹੀ ਸਨ ਸਾਰੇ ਸੁੱਟ ਕੇ ਬਾਹਰ ਹੀ ਪਏ ਚੁੱਕ ਲੈ ਕਹਿੰਦਾ ਭਗਵਾਨ ਮੈਂ ਤਾਂ ਤੈਨੂੰ ਸਾਰੀ ਦਿੱਤੇ ਸੀ ਤੂੰ ਆਪ ਹੀ ਨਹੀਂ ਲਏ ਦੂਜਾ ਪਿੱਛੇ ਖੜਾ ਸੀ ਉਹ ਵੇਖਦਾ ਸੀ ਕਹਿੰਦਾ ਇਹ ਤਾਂ ਤੂੰ ਚਲਾਕੀ ਕੀਤੀ ਹੈ ਵੀ ਤੂੰ ਜਾਣ ਬੁੱਝ ਕੇ ਉਰੇ ਸੁੱਟਦਾ ਰਿਹਾ ਜੇ ਥੋੜਾ ਜਿਹਾ ਜ਼ੋਰ ਨਾਲ ਪਰੇ ਨੂੰ ਸੁੱਟਦਾ ਤੇ ਅੰਦਰ ਜਾਂਦੇ ਗੋਲਕ ਤਾਈ ਆ ਵੇ ਮੈਂ ਤੇਰੇ ਵਾਂਗੂ ਨਹੀਂ ਚਲਾਕੀ ਕਰਨੀ ਰੱਬ ਉੱਤੇ ਰਹਿੰਦਾ ਨਾ ਆਕਾਸ਼ ਵਿੱਚ ਤੇ ਮੈਂ ਹੁਣ ਸਾਰੇ ਪੈਸੇ ਆਕਾਸ਼ ਨੂੰ ਸੁੱਟਣੇ ਐ ਆਕਾਸ਼ ਵਿੱਚ ਜਿਹੜੇ ਰੱਬ ਨੇ ਜੋਪਲੇ ਹੋ ਰੱਬ ਦੇ ਜਿਹੜੇ ਥੱਲੇ ਆ ਗਏ ਉਹ ਮੇਰੇ ਉਹਨੇ ਸਾਰੇ ਵਗਾ ਕੇ ਉਧਾਂ ਸੁੱਟੇ ਹੁਣ ਉੱਤੇ ਕਿਹੜੀ ਕੋਈ ਜਗਾ ਸੀ ਚੁੰਬਕ ਜਿਹੜੀ ਖੇਚ ਲੈਂਦੀ ਸਾਰੇ ਧਰਤੀ ਤੇ ਆਣ ਡਿੱਗੇ ਕਹਿੰਦਾ ਰੱਬਾ ਹੁਣ ਮੇਰੇ ਤੇ ਨਾ ਦੋਸ਼ ਲਾਈ ਮੈਂ ਤਾਂ ਤੈਨੂੰ ਸਾਰੀ ਦਿੱਤੇ ਸਨ ਤੂੰ ਆਪ ਹੀ ਨਹੀਂ ਲਏ ਇਹ ਹੈ ਵਿਅੰਗ ਪਰ ਇਸ ਵਿਅੰਗ ਦੇ ਨਾਲ ਸਿਧਾਂਤ ਹੈ ਮਨੁੱਖ ਚਲਾਕੀਆਂ ਚਤਰਾਇਆਂ ਕਰਦਾ ਧਰਮ ਦੇ ਨਾਂ ਤੇ ਪਰ ਧਰਮ ਦੇ ਮਾਰਗ ਤੇ ਨਾ ਚੱਲਦੀ ਐ ਚਲਾਕੀ ਨਾ ਚੱਲਦੀ ਐ ਚਤਰਾਈ ਇੱਥੇ ਤੇ ਭਗਤ ਧੰਨੇ ਵਰਗਾ ਸਿੱਧਾ ਸਾਦਾ ਹਿਸਾਬ ਚੱਲਦਾ ਮੈਂ ਤੇਰੀ ਕਰਦਾ ਪਿਆ ਭਗਤੀ ਤੇ ਤੂੰ ਕਰ ਮੇਰੇ ਕੰਮ ਮੈਨੂੰ ਨਹੀਂ ਜੇ ਪਤਾ ਇੱਥੇ ਤਾਂ ਇਹ ਸਰਲ ਬਿਰਤੀ ਐ ਚਤਰਾਈਆਂ ਚਲਾਕੀਆਂ ਨਹੀਂ ਜੇ ਚੱਲਦੀਆਂ ਗਰੀਬਨਵਾਜ਼ ਸਾਹਿਬ ਇੱਥੇ ਪਾਤਸ਼ਾਹ ਜੀ ਫੁਰਮਾ ਰਹੇ ਹਨ ਪੜੀਏ ਜੀ ਦੁਬਾ ਛੋੜ ਸਿਆਣਪ ਬਹੁ ਚਤਰਾਈ ਭਾਈ ਆਪਣੀਆਂ ਸਿਆਣਪਾਂ ਆਪਣੀਆਂ ਚਲਾਕੀਆਂ ਚਤਰਾਈਆਂ ਸਾਰੀਆਂ ਛੱਡ ਕੇ ਤਿਆਗ ਕੇ ਗੁਰੂ ਕੀ ਸ਼ਰਣਾ ਮਨ ਬਿਨ ਹਰ ਨਾਮੈ ਜਾਏ ਨਾ ਕਾਈ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਭਜਨ ਤੋਂ ਬਿਨਾ ਨਾਲ ਕੁਝ ਨਹੀਂ ਜੇ ਜਾਣਾ ਜੇ ਤੂੰ ਕਹਿ ਚਲਾਕੀ ਚਤਰਾਈ ਜਾਣੀ ਹੈ ਕਾਈ ਦਾ ਮਤਲਬ ਕੁਝ ਨਹੀਂ ਜੇ ਜਾਣਾ ਨਾਲ ਹਰੀ ਦੇ ਨਾਮ ਤੋਂ ਬਿਨਾਂ ਦਇਆ ਧਾਰੀ ਗੋਵਿੰਦ ਗੁਸਾਈ ਉਹ ਗੋਵਿੰਦ ਉਹ ਗੁਸਾਈ ਦਇਆ ਧਾਰੀ ਹੈ ਉਹਨੇ ਦਇਆ ਧਾਰਨ ਕੀਤੀ ਹੋਈ ਆ ਹਮੇਸ਼ਾ ਹੀ ਦਇਆ ਕਰਦਾ ਪਰਮੇਸ਼ਰ ਹਰ ਹਰ ਨਾਨਕ ਟੇਕ ਟਿਕਾਈ ਹਰੀ ਪਰਮੇਸ਼ਰ ਦੀ ਟੇਕ ਮੈਂ ਆਪਣੇ ਹਿਰਦੇ 'ਚ ਟਿਕਾਈ ਹਰੀ ਨਰੰਕਾਰ ਦੀ ਟੇਕ ਮੈਂ ਆਪਣੇ ਹਿਰਦੇ 'ਚ ਧਾਰਣ ਕੀਤੀ ਹੈ ਸਤਿਗੁਰੂ ਜੀ ਕਿਰਪਾ ਕਰਨ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਹਿਰਦਿਆਂ ਚ ਵਸੇ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਅਰਦਾਸ ਕਰਨੀ ਸਤਿਗੁਰੂ ਜੀ ਅਗਾ ਵਾਸਤੇ ਸੱਦ ਬੁੱਧੀ ਤੇ ਸਮਤ ਪ੍ਰਦਾਨ ਕਰਨ ਵਾਹਿਗੁਰੂ 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 ਵਾਹਿ ਗੁਰੂ ਵਾਹਿ ਗੁਰੂ